ਆਸਵਾਗਤ ਕਰਦੇ ਆ ਕਰਨ ਔਜਲਾ ਦਾ ਕਿਉਂਕਿ ਜੇ ਮੈਂ ਕਰਨ ਔਜਲਾ ਦੀ ਇੰਟਰੋਡਕਸ਼ਨ ਕਰਨੀ ਸ਼ੁਰੂ ਕੀਤੀ ਤਾਂ ਆਪਾਂ ਆਮ ਆਈ ਥਿੰਕ ਅੱਧਾ ਘੰਟਾ ਤਾਂ ਐਵੇਂ ਗੁਜ਼ਾਰ ਦੇਣਾ ਸੋ ਮੈਂ ਇਹਨਾਂ ਦੀ ਇੰਟਰੋਡਕਸ਼ਨ ਨਹੀਂ ਕਰਨੀ ਇਹਨਾਂ ਦਾ ਸਵਾਗਤ ਹੈ ਜਿਹੜਾ ਉਹ ਕਰਨਾ ਹੈ ਕਿਉਂਕਿ ਇਹਨਾਂ ਦੀ ਇੰਟਰੋਡਕਸ਼ਨ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਦੇ ਗੀਤਾਂ ਨਾਲ ਵਾਕਫ ਹੋ ਇਹਨਾਂ ਦੇ ਗੀਤਾਂ ਉੱਤੇ ਨੱਚਦੇ ਆਏ ਹੋ ਇਹਨਾਂ ਦੇ ਗੀਤਾਂ ਨੂੰ ਗੱਡੀਆਂ ਦੇ ਵਿੱਚ ਲਾ ਕੇ ਢੇੜੀਆਂ ਲਾਉਂਦੇ ਆਏ ਹੋ ਗੁੰਗੁਣਾਉਣ ਦੇ ਆਏ ਹੋ ਕਰਨ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਫॉर ਬੀਇੰਗ ਹੇਅਰ ਵਿਦ ਅਸ ਟੁਡੇ ਥੈਂਕ ਯੂ ਸੋ ਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ ਅਸੀਕਾ ਇਹ ਜਿਹੜਾ ਚਿਲਡ ਜਿਹਾ ਐਟੀਟਿਊਡ ਆ ਜਿਹੜਾ ਲੇਟ ਬੈਕ ਚ ਐਟੀਟਿਊਡ ਹੈ ਇਹ ਪਰਸਨੈਲਿਟੀ ਦਾ ਹਿੱਸਾ ਹੈ ਕਿ ਹੌਲੀ-ਹੌਲੀ ਸਿੱਖਿਆ ਇਹ ਐਕਚੁਅਲੀ ਮੈਂ ਸ਼ੁਰੂ ਤੋਂ ਇਦਾਂ ਨਹੀਂ ਆ ਹਾਂਜੀ ਜਿਦਾ ਤੁਹਾਨੂੰ ਪਤਾ ਹੀ ਹੈ ਕਹਿੰਦੇ ਵੀ ਲਖਾਰੀ ਤੇ ਪਖਾਰੀ ਇਦਾਂ ਨਹੀਂ ਬਣ ਜਾਂਦੇ ਮੈਂ ਪਹਿਲਾਂ ਵੀ ਕਈ ਇੰਟਰਵਿਊਸ 'ਚ ਸੇਮ ਗੱਲ ਕਹੀ ਹੈ ਪਰ ਮੇਰੀ ਫੇਵਰਿਟ ਲਾਈਨ ਆ ਇਹ ਕਿ ਸੱਚੀ ਮੇਰੇ ਤੇ ਤਾਂ ਬਿਲਕੁਲ ਢੁਕਦੀ ਆ ਮੈਨੂੰ ਇਹ ਲੱਗਦਾ ਵੀ ਮੇਬੀ ਜਦੋਂ ਮੈਂ 7-8 ਸਾਲ ਦਾ ਹੁੰਦਾ ਸੀ ਜਦੋਂ ਸਾਰੇ ਕੁਝ ਨੋਰਮਲ ਸੀਗਾ ਕੁਝ ਪਤਾ ਨਹੀਂ ਸੀਗਾ ਵੀ ਦੁਨੀਆ ਕੀ ਚੀਜ਼ ਆ ਜਾਂ ਜੋ ਵੀ ਹੈ ਨਾ ਪੈਸਾ ਕੀ ਆ ਜਾਂ ਰਿਲੇਸ਼ਨ ਕੀ ਨੇ ਉਹ ਤੋਂ ਤਾਂ ਜ਼ਿਆਦਾ ਸ਼ਰਾਰਤੀ ਹਰੇਕ ਹਰੇਕ ਬੰਦਾ ਹੀ ਹੁੰਦਾ ਹੈ ਨਾ ਪਰ ਜਦੋਂ ਉਹਦੇ ਨਾਲ ਦੀ ਨਾਲ ਹਾਲਾਤ ਦੇਖਦੇ ਰਹੇ ਸਾਰਾ ਕੁਝ ਦੇਰ ਉਹਦੇ ਨਾਲ ਐਟੀਟਿਊਡ ਆਪਣੇ ਆਪ ਚੇਂਜ ਹੋ ਗਿਆ ਜਦੋਂ ਪਤਾ ਲੱਗ ਗਿਆ ਵੀ ਰਿਲੇਸ਼ਨ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਪੈਸਾ ਵੀ ਕੁਝ ਨਹੀਂ ਹੈਗਾ ਤੇ ਜੋ ਫੇਮ ਹੈ ਕੋਈ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਸੋ ਉਹ ਚੀਜ਼ ਦੇ ਨਾਲ ਐਟੀਟਿਊਡ ਜਦੋਂ ਉਹਦੇ ਲੇਟ ਬੈਕ ਜਾ ਹੋ ਗਿਆ ਥੈਟਸ ਆਸਮ ਕਿਉਂਕਿ ਜਿਹੜਾ ਇਹ ਐਟੀਟਿਊਡ ਹੈ ਨਾ ਇਹ ਤੁਹਾਡੀਆਂ ਵੀਡੀਓਜ਼ ਦੇ ਬਿਲਕੁਲ ਆਪੋਜ਼ਿਟ ਹੈ ਕਿ ਵੀਡੀਓਜ਼ ਦੇ ਵਿੱਚ ਜਿਹੜਾ ਤੁਹਾਡਾ ਐਟੀਟਿਊਡ ਹੈ ਔਰ ਮੈਂ ਕੱਲ ਬੈ ਕੇ ਤੁਹਾਡੀਆਂ ਤਕਰੀਬਨ 10-11 ਵੀਡੀਓਜ਼ ਦੇਖੀਆਂ ਅ ਮੇਰੀ ਬੇਟੀ ਨੇ ਤੇ ਮੈਂ ਦੋਨਾਂ ਨੇ ਦੇਖੀਆਂ ਔਰ ਉਹਦੇ ਵਿੱਚ ਐਂ ਲੱਗਦਾ ਹੈ ਕਿ ਇਹ ਇਨਸਾਨ ਥੋੜਾ ਜਿਹਾ ਫੁਕਰਾ ਹੋਊਗਾ ਥੋੜਾ ਜਿਹਾ ਯਾ ਫੈਂਸੀ ਗੱਡੀਆਂ ਦੇ ਵਿੱਚ ਸਫ਼ਰ ਕਰਦਾ ਹੋਊਗਾ ਜਦੋਂ ਗੱਡੀਆਂ ਚੋਂ ਉਤਰੂਗਾ ਤਾਂ ਨਾਲ 10-12 ਮੁੰਡੇ ਹੋਣਗੇ ਜਦੋਂ ਤੁਸੀਂ ਇੱਥੇ ਆਫਿਸ ਦੇ ਵਿੱਚ ਆਏ ਹੋ ਇਹਦੇ ਤੋਂ ਬਿਲਕੁਲ ਆਪੋਜ਼ਿਟ ਤੁਹਾਡੀ ਪਰਸਨੈਲਿਟੀ ਮੈਨੂੰ ਦੇਖਣ ਨੂੰ ਮਿਲ ਗਈ ਹੈ ਸੋ ਇਹ ਜਿਹੜਾ ਐਟੀਟਿਊਡ ਜਿਹੜਾ ਵੀਡੀਓਜ਼ ਦੇ ਵਿੱਚ ਦਿਖਾਉਣਾ ਪੈਂਦਾ ਇਹ ਕੰਮ ਕਰਕੇ ਆ ਜਾਂ ਇਮੇਜ ਕਰਕੇ ਆ ਇਹਨੂੰ ਤੁਸੀਂ ਕੰਮ ਕਰਕੇ ਕਹਿ ਸਕਦੇ ਹੋ ਬਿਕਾਜ਼ ਹਰੇਕ ਗਾਣਾ ਵੱਖਰੇ ਢੰਗ ਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਸੋ ਹਰੇਕ ਗਾਣੇ ਦੇ ਹਿਸਾਬ ਨਾਲ ਉਦਾਂ ਦਾ ਹੀ ਜ਼ਿਆਦਾਤਰ ਜਾਂ ਤਾਂ ਆਪਣੇ ਡਾਇਰੈਕਸ਼ਨ ਜਿਹੜੇ ਕਰਦੇ ਹੁੰਦੇ ਉਹ ਕਹਿੰਦੇ ਨੇ ਵੀ ਇਦਾਂ ਤੁਸੀਂ ਬਿਹੇਵ ਕਰਨਾ ਵੀਡੀਓ 'ਚ ਕੁਝ ਕੁ ਗਾਣੇ ਹੈਗੇ ਜਿਨ੍ਹਾਂ 'ਚ ਮੈਂ ਪ੍ਰੋਪਰ ਨੋਰਮਲ ਐਕਟ ਕੀਤਾ ਪਰ ਕੁਝ ਗਾਣੇ ਤੁਹਾਨੂੰ ਪਤਾ ਹੀ ਹੈ ਕੰਮ ਕਰਕੇ ਕਰਨਾ ਪੈਂਦਾ ਥੋੜਾ ਜਿਆ ਅੱਛਾ ਗਾਣਿਆਂ ਦੇ ਵਿੱਚ ਖੂਬਸੂਰਤ ਗੱਡੀਆਂ ਤੇ ਖੂਬਸੂਰਤ ਕੁੜੀਆਂ ਦਾ ਹੁਣ ਇੰਨਾ ਐਸੈਂਸ਼ੀਅਲ ਕਿਉਂ ਹੁੰਦਾ ਹੁਣ ਅੱਜਕੱਲ੍ਹ ਜੀ ਮੈਂ ਤੁਹਾਨੂੰ ਰੋਂਗ ਨਹੀਂ ਕਹੂੰਗਾ ਇਹ ਅੱਜਕੱਲ੍ਹ ਰਵਾਜ਼ ਹੀ ਬਣ ਗਿਆ ਜਿੱਦਾਂ ਹਾਂ ਹੈਨਾ ਵੀ ਹੈਗਾ ਕਿਉਂਕਿ ਉਹ ਚੀਜ਼ ਐਕਚੁਅਲ ਵਿੱਚ ਗੱਡੀਆਂ ਵਗੈਰਾ ਆਡੀਅנס ਵੀ ਲਾਈਕ ਕਰਦੀ ਜਿਸ ਤੱਕ ਮੈਨੂੰ ਲੱਗਦਾ ਵੀ ਇਹ ਨਹੀਂ ਕੁਝ ਕਿਉਂਕਿ ਹੁਣ ਸਾਰੀਆਂ ਵੀਡੀਓ ਹੁਣ ਪਤਾ ਨਹੀਂ ਵੀਡੀਓ ਐਵਰੀ ਹੁਣ ਕੰਪੀਟੀਸ਼ਨ ਬਹੁਤ ਹੋ ਗਿਆ ਇੰਨੇ ਸਿੰਗਰ ਇੰਨੇ ਜਣੇ ਲਿਖਣ ਲੱਗੇ ਨੇ ਗਾਉਣ ਲੱਗੇ ਸੋ ਹਰ ਇੱਕ ਬੰਦਾ ਵੀਡੀਓ ਬਣਾਉਂਦਾ ਜਾਂ ਤਾਂ ਕਿਸੇ ਨੇ ਘਰ ਦੇ ਬਾਹਰ ਗੱਡੀਆਂ ਲਾ ਕੇ ਵੀਡੀਓ ਬਣਾਤੀ ਕਿਸੇ ਨੇ ਸਟੋਰੀ ਬਣਾਤੀ ਸੋ ਰਹਿ ਹੀ ਇਹ ਗਿਆ ਮੇਰੇ ਹਿਸਾਬ ਨਾਲ ਤਾਂ ਸੋ ਇਹ ਤੋਂ ਬਿਨਾ ਕੋਈ ਹੋਰ ਆਪਸ਼ਨ ਹੀ ਨਹੀਂ ਹੈਗੀ ਅਈ ਸ਼ਾਇਦ ਫੈਂਟਸੀ ਦਾ ਹਿੱਸਾ ਕਿਉਂਕਿ ਹਰ ਇੱਕ ਇਨਸਾਨ ਇੰਨੀਆਂ ਫੈਂਸੀ ਗੱਡੀਆਂ ਅਫੋਰਡ ਵੀ ਨਹੀਂ ਕਰ ਸਕਦਾ ਹੈਨਾ ਬਿਲਕੁਲ ਸਹੀ ਗੱਲ ਆ ਜੀ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਉਸ ਨੂੰ ਦੇਖਣਾ ਚਾਹੁੰਦੇ ਹੋ ਵਾਰ ਵਾਰ ਬਿਲਕੁਲ ਸਹੀ ਗੱਲਾਂ ਦਾ ਡਰਾਈਵ ਕਰ ਲਈਦੀ ਹੈ ਹਾਂ ਚੋ ਲੈ ਜਾਂਦਾ ਦੋ ਦਿਨਾਂ ਚ ਐਗਜ਼ੈਕਟਲੀ ਦੈ ਜਦੋਂ ਪਹਿਲੀ ਵਾਰੀ ਕੈਮਰਾ ਫੇਸ ਕੀਤਾ ਸੀ ਉਹ ਯਾਦ ਹੈ ਬਿਲਕੁਲ ਯਾਦ ਹੈ ਜੀ ਮੈਂ ਐਕਚੁਅਲੀ ਇੰਡੀਆ ਹੁੰਦਾ ਸੀਗਾ ਉਦੋਂ ਪੰਜਾਬ ਤੇ ਮੈਂ ਸੀਗਾ ਮੇਰੇ ਖਿਆਲ ਮੈਂ 14 15 ਸਾਲਾਂ ਦਾ ਹੋਊਗਾ ਤੇ ਪਹਿਲਾ ਗਾਣਾ ਸੀ ਆ ਜਿਆਦਾ ਜਣੇ ਨੂੰ ਨਹੀਂ ਪਤਾ ਉਹ ਗਾਣੇ ਦਾ ਨਾਮ ਮੈਂ ਸੈਲ ਫੋਨ ਅੱਜ ਵੀ YouTube ਤੇ ਪਿਆ ਮੇਰਾ ਫਰੈਂਡ ਹੁੰਦਾ ਸੀ ਮੈਂ ਬਨੀਪਾਲ ਉਹਦੇ ਨਾਲ ਸੀ ਦੋਨਾਂ ਨੇ ਗਾਣਾ ਗਾਇਆ ਸੀਗਾ ਤੇ ਮੈਂ ਤਾਂ ਬਿਲਕੁਲ ਜਵਾਕ ਸੀਗਾ ਹਨਾ ਤੇ ਉਦੋਂ ਮੈਨੂੰ ਹਲੇ ਵੀ ਯਾਦ ਆ 22000 ਰੁਪਏ ਇਕੱਠਾ ਮੈਂ ਕਿਧਰੋਂ ਕਿਦੋਂ ਕੀਤਾ ਸੀ ਪਤਾ ਨਹੀਂ ਕਿੱਥੋਂ ਕੀਤਾ ਸੀ ਮੇਰੇ ਸਿਸਟਰਜ਼ ਇੱਥੇ ਸੀਗੀਆਂ ਹਨ ਉਹਨਾਂ ਨੇ ਭੇਜਿਆ ਪੂਜਿਆ ਜੋ ਵੀ ਤੇ ਉਹ ਮੁੰਡੇ ਕੋਲ ਥੋੜੇ ਜਿਹੇ ਪੈਸੇ ਸੀਗੇ ਅਸੀਂ ਇਕੱਠੇ ਕਰਕੇ ਵੀਡੀਓ ਕੀਤੀ ਤੇ ਉਹ ਤੋਂ ਦੋ ਦਿਨ ਬਾਅਦ ਮੇਰੀ ਕੈਨੇਡਾ ਦੀ ਫਲਾਈਟ ਸੀਗੀ। ਅੱਛਾ ਤੇ ਮੈਂ ਬਹੁਤ ਐਕਸਾਈਟਿਡ ਸੀਗਾ ਤੇ ਮੈਂ ਕਿਹਾ ਵੀ ਮੈਂ ਤਾਂ ਇਦਾਂ ਦਾ ਸੁਪਨੇ ਮੈਂ ਕੈਨੇਡਾ ਜਾ ਕੇ ਪੂਰੇ ਕਰਨੇ ਆ ਵੀ ਪਹਿਲਾਂ ਹੀ ਹੋਣ ਲੱਗ ਗਿਆ ਹਨਾ। ਸੋ ਕੈਮਰਾਮੈਨ ਨੂੰ ਹਲ ਵੀ ਆ ਦੇ ਜੋ ਮੇਰੇ ਕੋਲ ਕੈਮਰਾ ਹੁੰਦਾ ਸੀ ਮੈਂ ਡਰ ਜਾਂਦਾ ਸੀ ਬਿਲਕੁਲ ਮੈਂ ਕਿਹਾ ਵੀ ਯਾਰ ਵੀ ਨਹੀਂ ਵੀ ਮੈਤੋਂ ਨਹੀਂ ਹੋਣਾ ਮੈਨੂੰ ਲਿਖਣ ਵਾਲਾ ਹੀ ਸਹੀ ਆ ਸਾਖਤਾ ਬੋਲੀ ਹੈ ਨਾ ਤੇ ਉਹ ਤੋਂ ਬਾਅਦ ਐਕਚੁਅਲ ਮੈਂ ਮੈਂ ਸਾਲ ਡੇਢ ਸਾਲ ਦਾ ਗੈਪ ਉਹ ਪਾਇਆ ਵੀ ਮੈਨੂੰ ਇਦਾਂ ਹੋ ਗਿਆ ਸੀ ਮੇਤੋਂ ਐਕਟਿੰਗ ਕੁ ਤੇ ਮੈਂ ਨਾ ਜਦੋਂ ਵੀਡੀਓਜ਼ ਕੱਲ ਤੁਹਾਡੀਆਂ ਦੇਖੀਆਂ ਆਈ ਥਿੰਕ ਆਈ ਮਸਟ ਹੈਵ ਸੀਨ ਅਬਾਊਟ 12 13 ਆਫ ਥਮ ਡੇਢ ਘੰਟਾ ਮੈਂ ਆਹੀ ਕੰਮ ਕੀਤਾ ਕੱਲ ਮੈਂ ਕਰਨ ਔਜਲਾ ਦੀਆਂ ਵੀਡੀਓਜ਼ ਦੇਖੀਆਂ ਔਰ ਵੀਡੀਓਜ਼ ਦੇ ਵਿੱਚ ਮੇਰੀ ਬੇਟੀ ਨੇ ਜਿਹੜੀ ਗੱਲ ਨੋਟ ਕੀਤੀ ਨਾ ਔਰ ਉਹ ਮੈਨੂੰ ਪੁੱਛਣਾ ਚਾਹੁੰਦੀ ਸੀ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਐਨੀਮਲਸ ਕਿਉਂ ਐਨੇ ਯੂਜ਼ ਕਰਦੇ ਹੋ ਹਰ ਵੀਡੀਓ ਦੇ ਵਿੱਚ ਐਨੇ ਜਾਨਵਰ ਯੂਜ਼ ਕਰਦੇ ਹੋ ਮੰਕੀਜ਼ ਚਿਮਪਸ ਕ੍ਰੋਕੋਡਾਈਲਸ ਅਲੀਗੇਟਰਸ ਸ਼ੇਡ ਮੈਂ ਥਿੰਕ ਸ਼ੇਖ ਦੇ ਵਿੱਚ ਸ਼ੇਰ ਵੀ ਸੀ ਹਨਾ ਅੱਛਾ ਬੱਚਿਆਂ ਨਾਲ ਕੰਮ ਕਰਨਾ ਤੇ ਐਨੀਮਲਸ ਨਾਲ ਕੰਮ ਕਰਨਾ ਸਭ ਤੋਂ ਔਖਾ ਹੁੰਦਾ ਬਿਲਕੁਲ ਜੀ ਤੇ ਤੁਸੀਂ ਇੱਕ ਇੱਕ ਤੋਂ ਬਾਅਦ ਇੱਕ ਵੀਡੀਓ ਦੇ ਵਿੱਚ ਕੀਤਾ ਹੈ ਕੰਮ ਬੱਚਿਆਂ ਨਾਲ ਤਾਂ ਨਹੀਂ ਕੀਤਾ ਪਰ ਐਨੀਮਲਸ ਨਾਲ ਕੀਤਾ ਬੱਚੇ ਤੋਂ ਵੀਡੀਓ ਸੀਗੇ ਪਰ ਬੱਚਿਆਂ ਨਾਲ ਵੀ ਹਲੇ ਸੌਖਾ ਐਨੀਮਲਸ ਨਾਲ ਕਰਨਾ ਜ਼ਿਆਦਾ ਔਖਾ ਸਪੈਸ਼ਲ ਜਦੋਂ ਸ਼ੇਰ ਹੋਵੇ ਸੋ ਟੈਲ ਮੀ ਅਬਾਊਟ ਥੈਟ ਦੁਬਈ ਵਾਲੀ ਸ਼ੂਟ ਜਿਹੜੀ ਸੀ ਹਾਂ ਜੀ ਦੁਬਈ ਸੀਗੇ ਅਸੀਂ ਦੁਬਈ ਸ਼ੂਟ ਕਰ ਰਹੇ ਸੀ ਰੂਪਨਬਲ ਸ਼ੂਟ ਕਰ ਰਿਹਾ ਸੀ ਇਹ ਸਾਡਾ ਲਾਸਟ ਮਿੰਟ ਪਲਾਨ ਬਣਿਆ ਸੀ ਵੀ ਆਪਾਂ ਆ ਟਾਈਗਰ ਲੈਣਾ ਵੀਡੀਓ ਦੇ ਵਿੱਚ ਬਸ ਮੇਰੀ ਆਲਵੇਸ ਖੁਆਇਸ਼ ਸੀ ਕਿ ਵੀ ਮੈਂ ਲੈਣਾ ਆਬਵੀਸਲੀ ਆਈ ਲਵ ਐਨੀਮਲਸ ਤੇ ਜਦੋਂ ਉਹਨੇ ਕਿਹਾ ਕੋਈ ਚੱਕਰ ਨਹੀਂ ਲੈ ਲਓ ਤੇ ਜਿਹਦਾ ਸੀਗਾ ਉਹ ਟਾਈਗਰ ਕਿਸੇ ਸ਼ੇਖ ਦਾ ਸੀਗਾ ਹਨ ਉਹ ਕਹਿੰਦਾ ਵੀ ਮੇਰੇ ਘਰੇ ਆ ਜਾਓ ਤੁਸੀਂ ਪਹਿਲਾਂ ਖਜ਼ਾ ਯੂ ਨੀਡ ਟੂ ਗੈ ਇਜ਼ੀ ਵਿਦ ਦਾ ਟਾਈਗਰ ਹਨਾ ਵੀ ਤੁਸੀਂ ਥੋੜਾ ਪਹਿਲਾਂ ਯੂਜ਼ ਟੂ ਹੋ ਜਾਓਗੇ ਜੋ ਵੀ ਜੀ ਮੈਂ ਪਹਿਲਾਂ ਤਾਂ ਕਿਹਾ ਮੈਂ ਕਰ ਲਾਂ ਕਰ ਲਾਂ ਕੋਈ ਚੱਕਰ ਨਹੀਂ ਹਨਾ ਤੇ ਮੈਂ ਉੱਥੇ ਪਹੁੰਚਿਆ ਤੇ ਸ਼ੇਰ ਫੋਟੋ ਦੇ ਨਾਲੋਂ ਜ਼ਿਆਦਾ ਵੱਡਾ ਲੱਗਿਆ ਮੈਨੂੰ ਮੈਂ ਕਿਹਾ ਯਾਰ ਵੀ ਕਾਫੀ ਵੱਡਾ ਵੀ ਆਪਾਂ ਕਹੀਦਾ ਜਾਣੇ ਆ ਹੋ ਜਾਊਗਾ ਹੋ ਜਾਊਗਾ ਵੀ ਕੋਈ ਚੱਕਰ ਨਾ ਚੱਲੇ ਕਿੱਦਾਂ ਹੋਊਗਾ ਹਾਂ ਤੇ ਉਹ ਹਲੇ ਕੇਜ ਸੀਗਾ ਮੈਨੂੰ ਕਹਿੰਦੇ ਆਪਾਂ ਕੇਜ ਦੇ ਅੰਦਰ ਜਾਣਾ ਅੱਛਾ ਤੇ ਆਪਾਂ ਵੀ ਉਹਨੂੰ ਖੋਲ ਦੇਣਾ ਤੇ ਪਿੱਛੇ ਤੁਰਦਾ ਫਿਰਦਾ ਰਹੂਗਾ ਹਾਂ ਮੈਂ ਕਿਹਾ ਠੀਕ ਆ ਪਰ ਫਿਰ ਮੈਂ ਸੋਚਿਆ ਮੈਂ ਕਿਹਾ ਹਲੇ ਵਿਆਹ ਵੀ ਨਹੀਂ ਹੋਇਆ ਹਲੇ ਗਾਣੇ ਵੀ ਬਹੁਤ ਛੱਡਨੇ ਹਲੇ ਆਲਮ ਵੀ ਨਹੀਂ ਹੋਈ ਹਾਂ ਮੈਂ ਕਿਹਾ ਯਾਰ ਤੁਸੀਂ ਇਹਨੂੰ ਨਾ ਟਾਈ ਕਰ ਦਿਓ ਇਹਨੂੰ ਸੰਗਲੀ ਪਾ ਦਿਓ اچھا ਤੇ ਉਹ ਬੈਠਾ ਰਹੂਗਾ ਵਿਚਾਰਾ ਹਨਾ ਮੈਂ ਨਹੀਂ ਚਾਹੁੰਦਾ ਵੀ ਉਹ ਗੁੱਸੇ ਹੋਵੇ ਜਾਂ ਕੁਝ ਵੀ ਤੇ ਬਰ ਸਹੀ ਰਿਹਾ ਗੁੱਡ ਸੀਗਾ ਹਾਂਜੀ ਇਟ ਵਾਸ ਅ ਗੁੱਡ ਐਕਸਪੀਰੀਅੰਸ ਐਂਡ ਇਟਸ ਵੈਰੀ ਹਾਰਡ ਜਦੋਂ ਤੁਸੀਂ ਇਮੋਟ ਵੀ ਕਰਨਾ ਹੈ ਲਿਪਸਿੰਕ ਵੀ ਕਰਨਾ ਹੈ ਉਧਰੋਂ ਤੁਹਾਨੂੰ ਜਾਨਵਰ ਤੁਹਾਡੇ ਛੇ ਮੇਰੇ ਬੈਠਾ ਨਹੀਂ ਗੀ ਸਕਦਾ ਹਾਂਜੀ ਐਗਜ਼ੈਕਟਲੀ ਰੂਪਨਾਲ ਕਿੰਨੀਆਂ ਵੀਡੀਓਜ਼ ਕੀਤੀਆਂ ਨੇ ਹੁਣ ਤੱਕ ਰੂਪ ਦੇ ਨਾਲ ਹੁਣ ਤੱਕ ਅਸੀਂ ਕੀਤੀਆਂ 1 2 3 4 ਮੇਰੇ ਹਿਸਾਬ ਨਾਲ 5 6 ਵੀਡੀਓ ਹੁਣ ਤੱਕ ਕਰ ਚੁੱਕੇ ਹਾਂ ਰੂਪਨਾਲ ਮੇਰੀ ਗੱਲ ਹੋਈ ਸੀ ਅਸੀਂ ਇੰਟਰਵਿਊ ਕੀਤੀ ਉਹਨਾਂ ਨਾਲ ਕਾਫੀ ਸਮਾਂ ਹੋ ਗਿਆ I think 2 ਮਹੀਨੇ ਹੋ ਗਏ ਹੋਣੇ ਐਂਡ ਹੀ ਸਪੀਕਸ ਰੀਲੀ ਹਾਈਲੀ ਆਫ ਯੂ ਪਰ ਰੂਪਨੂ ਮੈਂ ਕੱਲ ਫੋਨ ਕੀਤਾ ਹ ਤੇ ਰੂਪਨ ਨੇ ਤੁਹਾਡੇ ਵਾਸਤੇ ਖਾਸ ਸੁਨੇਹਾ ਭੇਜਿਆ। ਉਹ ਛਾ। ਸੋ ਉਹ ਸੁਨੇਹਾ ਸੁਣਦੇ ਆ। ਓਕੇ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਰੂਪਨ ਬੱਲ ਤੇ ਅੱਜ ਮੈਂ ਕੁਝ ਗੱਲਾਂ ਕਰਨਾ ਚਾਹੁੰਨਾ ਵਾਂ। ਇੱਕ ਡਾਇਮੰਡ ਇੱਕ ਹੀਰਾ ਇੰਡਸਟਰੀ ਦਾ ਕਰਨ ਔਜਲਾ ਤੇ ਆਪਣਾ ਭਰਾ। ਸ਼ੁਕਰ। ਜਿੰਨੀ ਸਫਲਤ ਕਰੋ ਉਨੀ ਕੱਟ ਵੀਰੇ ਦੀ। ਹਮੇਸ਼ਾ ਹਮੇਸ਼ਾ ਸਪੋਰਟ ਕਰਦਾ ਵਾ। ਸ਼ੁਰੂ ਤੋਂ ਸਪੋਰਟ ਕਰਦਾ ਆ ਰਿਹਾ ਵਾ। ਦਿਲ ਦਾ ਇਨਾ ਚੰਗਾ ਵਾ ਕਿ ਜਿੰਨੂੰ ਲੋੜ ਆ ਉਹਰੇ ਨਾਲ ਖੜਦਾ ਵਾ। ਤੇ ਵੀਰੇ ਜਿੰਨੀ ਸਿਫਤ ਕਰੋ ਉਨੀ ਕੱਟ ਆ ਰੱਬ ਚੜ੍ਹਦੀਆਂ ਗਲਾਂ ਚ ਰੱਖੇ ਵੀਰੇ ਨੂੰ ਥੈਂਕ ਯੂ ਕੀ ਬਾਤ ਆ ਦਸ ਮੇਕ ਮੀ ਬਲਸ਼ ਥੈਂਕ ਯੂ ਰੂਪਨ ਵੀਰੇ ਥੈਂਕ ਯੂ ਯਾਰ ਬਹੁਤ ਚੰਗਾ ਲੱਗਿਆ ਕਸ ਬਹੁਤ ਘੱਟ ਲੋਕ ਹੁੰਦੇ ਜਿਹੜੇ ਤੁਹਾਨੂੰ ਪਛਾਣਦੇ ਨੇੜੇ ਤੋਂ ਬਹੁਤ ਘੱਟ ਲੋਕ ਹੁੰਦੇ ਆ ਜ਼ਿਆਦਾ ਤਾਂ ਤੁਹਾਡੇ ਨਾਲ ਰਹਿ ਕੇ ਛੋਟੇ ਛੋਟੇ ਮਾਰ ਹੀ ਪੁੱਲਦੇ ਆ ਪਰ ਥੈਂਕ ਯੂ ਰੂਪਨ ਇੱਕ ਵਾਰ ਫੇਰ ਥੈਂਕ ਯੂ ਇਸ ਇਸ ਇੰਡਸਟਰੀ ਬਾਰੇ ਕਰਨਾ ਜਿਹੜੇ ਪਿਛਲੇ 6 7 8 ਸਾਲ ਰਹੇ ਨੇ ਹਾਂਜੀ ਕੀ ਸਭ ਤੋਂ ਵੱਡੀ ਗੱਲ ਕੀ ਸਿੱਖੀ ਆ ਸਭ ਤੋਂ ਵੱਡੀ ਗੱਲ ਤਾਂ ਪੇਸ਼ੈਂਸ ਸਿੱਖੀ ਜ਼ਰੂਰ ਤੇ ਗੱਲ ਹੋਰ ਮੈਂ ਸਿੱਖੀ ਵੀ ਐਂਡ ਆਫ ਦਾ ਡੇ ਤੁਹਾਨੂੰ ਆਪਣੇ ਲਈ ਆਪ ਹੀ ਕਰਨਾ ਪੈਣਾ ਕੋਈ ਬੰਦਾ ਇੱਥੇ ਕਿਸੇ ਦਾ ਨਹੀਂ ਹੈਗਾ ਜੀ ਐਂਡ ਆਫ ਦਾ ਡੇ ਮੇਨ ਚੀਜ਼ ਜਿਹੜੀ ਮੈਟਰ ਕਰਦੀ ਉਹ ਆ ਮਨੀ ਫੇਮ ਵੀ ਹਲੇ ਬਹੁਤ ਘੱਟ ਮੈਟਰ ਕਰਦਾ ਪਰ ਜੋ ਜੋ ਮੇਰ ਨਾਲ ਹੋਇਆ ਹਨ ਸਿੱਖਣ ਨੂੰ ਮੈਨੂੰ ਮਿਲਿਆ ਵੀ ਪੈਸਾ ਇੱਕ ਇੱਕ ਟਾਈਮ ਇਦਾਂ ਦਾਉਂਦਾ ਵੀ ਮੂਰਲੇ ਬੰਦਾ ਚਾਹੇ ਥੋੜਾ ਜਿਗਰੀ ਯਾਰ ਉਹਦੇ ਲਈ ਜੇ ਉਹਨੂੰ ਦੇਖ ਰਿਹਾ ਵੀ ਉੱਧਰ ਕਰੋੜ ਰੁਪਏ ਬਣ ਰਹੇ ਤੇ ਇੱਧਰ ਮੇਰਾ ਜਿਗਰੀ ਯਾਰ ਖੜਾ ਤੋਂ ਆਵਿਐਸਲੀ ਕਰੋੜ ਰੁਪਏ ਵਾਲ ਜਾਊਗਾ ਕਿਉਂਕਿ ਉਹਨੇ ਆਪਣੀ ਫੈਮਿਲੀ ਬਾਰੇ ਸੋਚਣਾ ਅਗਲੀ ਦੇ ਲੱਖ ਕੁਝ ਮਜਬੂਰੀਆਂ ਹੁੰਦੀਆਂ ਨੇ ਮੈਨੂੰ ਨਹੀਂ ਪਤਾ ਸ਼ਾਇਦ ਉਹ ਠੀਕ ਵੀ ਹੋਵੇ ਪਰ ਮੈਂ ਹੀ ਸਿੱਖਣਾ ਮਿਲਿਆ ਵੀ ਐਂਡ ਅਟ ਸਾਨੂੰ ਆਪਣੇ ਲਈ ਕਰਨਾ ਪੈਣਾ ਜੋ ਵੀ ਤੁਸੀਂ ਕਰਨਾ ਕਿਸੇ ਨੇ ਆ ਕੇ ਤੁਹਾਡੀ ਬਾਹ ਫੜ ਕੇ ਨਹੀਂ ਕਰਾਉਣਾ ਤੇ ਦੂਜੀ ਗੱਲ ਪੇਸ਼ੈਂਸ ਤੁਹਾਨੂੰ ਰੱਖਣੀ ਪਣੀ ਕਿਉਂਕਿ ਰੱਬ ਇੱਕ ਨਾ ਇੱਕ ਦਿਨ ਸੁਣਦਾ ਹੀ ਹੈ ਜੇ ਤੁਹਾਡੇ ਜੀ ਗੁਣ ਹੈਗਾ ਗੀਤਕਾਰੀ ਨਾਲ ਸ਼ੁਰੂਆਤ ਕੀਤੀ ਤੁਸੀਂ ਬਿਲਕੁਲ ਜੀ ਗੀਤਕਾਰਾਂ ਵਾਸਤੇ ਉਹਨਾਂ ਉਹਨੀ ਸ਼ੋਹਰਤ ਉਹਨਾਂ ਪੈਸਾ ਉਹਨਾਂ ਨਾਂ ਨਹੀਂ ਹੈ ਨਹੀਂ ਹੈਗਾ ਇੰਡਸਟਰੀ ਦੇ ਵਿੱਚ ਜਿੰਨਾ ਕਿ ਜਿੰਨੀ ਮੁਹੱਬਤ ਗਾਇਕਾ ਨੂੰ ਮਿਲਦੀ ਹੈ 100% ਉਮ ਇਹੀ ਵਜ੍ਹਾ ਹੈ ਕਿ ਗੀਤਕਾਰ ਜਿਹੜੇ ਨੇ ਅਕਸਰ ਗਾਇਕੀ ਦੇ ਵਿੱਚ ਹੌਲੀ-ਹੌਲੀ ਕਦਮ ਰੱਖਣਾ ਸ਼ੁਰੂ ਕਰ ਦਿੰਦੇ ਮੇਰੀ ਤਾਂ ਇਹੀ ਵਜ੍ਹਾ ਸੀਗੀ ਮੈਂ ਜਦੋਂ ਸ਼ੁਰੂ ਕੀਤਾ ਸੀ ਲਿਖਣਾ ਮੈਂ 13-14 ਸਾਲਾਂ ਦਾ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਵੀ ਮੈਨੂੰ ਲਿਖਣਾ ਆ ਗਿਆ ਸ਼ਾਇਦ ਉਹ ਤੋਂ ਪਹਿਲਾਂ ਵੀ ਮੈਂ ਸ਼ੁਰੂ ਕਰਤਾ ਹੋਵੇ ਪਰ ਜਦੋਂ ਮੈਨੂੰ ਮੈਂ ਗਾਣਾ ਲਿਖਿਆ ਸੀਗਾ ਤੇ ਮੈਨੂੰ ਪਤਾ ਲੱਗ ਗਿਆ ਵੀ ਯਾਰ ਆ ਗਾਣਾ ਸੱਚੀ ਵਧੀਆ ਲਿਖੋ ਗਿਆ ਤੇ ਮੇਰੇ ਨਾਲ ਦੇ ਨੇ ਵੀ ਮੈਨੂੰ ਦੱਸਿਆ ਵੀ ਜਿਹੜੇ ਮੇਰੇ ਤੋਂ ਵੱਡੇ ਸੀਗੇ ਆਫੀਸਲੀ ਹੁਣ ਵੀ ਜਿਹੜਾ ਮੇਰਾ ਕਰੂ ਹੈ ਸਾਰਾ ਮੇਰੇ ਤੋਂ ਸਾਰੇ ਏਜ ਵਿੱਚ ਵੱਡੇ ਆ ਮੈਂ ਸਾਰਿਆਂ ਤੋਂ ਛੋਟਾ ਹਾਂ ਪਰ ਮੈਨੂੰ ਉਹਦੇ ਨਾਲ ਦੇ ਨੇ ਦੱਸਣਾ ਆ ਤਾਂ ਤੇ ਜਦੋਂ ਮੈਂ ਪਹਿਲਾਂ ਲਿਖ ਲਿਖ ਕੇ ਦੇਈ ਜਾਂਦਾ ਸੀਗਾ ਸਹੀ ਸੀਗਾ ਟਾਈਮ ਨਾਲ ਦੇ ਇੱਕ ਦੋ ਪਿੰਡਾਂ 'ਚ ਪਤਾ ਲੱਗ ਗਿਆ ਵੀ ਮੁੰਡਾ ਲਿਖਦਾ ਕਰਨ ਕਰਾਲੇ ਦਾ ਹੈਗਾ ਕੋਈ ਤੇ ਮੈਂ ਆਪਣੇ ਨਾਮ ਪਾਉਂਦਾ ਸੀ ਕਰਨ ਕਰਾਲੇ ਦਾ ਹਨਾ ਮੇਰਾ ਨੇਮ ਟੈਗ ਹੁੰਦਾ ਸੀ ਪਰ ਜਦੋਂ ਮੈਂ ਤਿੰਨ ਚਾਰ ਗਾਣਿਆਂ ਦੇ ਉੱਤੇ ਇੱਕ ਗਾਣਾ ਹੁਣ ਮੈਂ ਨਾਮ ਤਾਂ ਨਹੀਂ ਲਊਂਗਾ ਕਿਸੇ ਦਾ ਪਰ ਇੱਕ ਗਾਣਾ ਹੋਰ ਦਿੱਤਾ ਮੈਂ ਹਨਾ ਉਹਦੇ ਨਾਲ ਉਹ ਬੰਦੇ ਦਾ ਵਧੀਆ ਚੱਲ ਗਿਆ ਉਸ ਅ ਗੁੱਡ Song ਤੇ ਪਰ ਮੈਂ ਉਹ ਤੋਂ ਮੈਂ ਆਬਵੀਸਲੀ ਇੱਥੇ ਮੈਂ ਆਇਆ ਸੀਗਾ ਜਦੋਂ ਮੈਂ ਇੱਥੇ ਗ੍ਰੇਡ 10 ਸੀਗਾ ਹਨਾ ਮੈਂ ਇੱਥੇ ਆ ਕੇ ਗ੍ਰੇਡ 11 ਇੱਥੇ ਕੀਤੀ ਗ੍ਰੇਡ ਹਾਲ ਚ ਮੈਨੂੰ ਕੈਕਟਰ ਆਊਟ ਕਰਦਾ ਸੀ ਉਹਨਾਂ ਚ ਉਹ ਯਾ ਦੈਟਸ ਦ ਪਾਰਟ ਦੈਟ ਆ ਵਾਂਟ ਮੋਰ ਇੰਟਰਸਟਿਡ ਇਨ ਬਟ ਦੈਟ ਵਾਸ ਕਜ਼ ਆਫ ਆਲ ਦਿਸ ਟੂ ਕਿਉਂਕਿ ਮੇਰਾ ਮੇਨ ਫੋਕਸ ਕੰਮ ਤੇ ਸੀਗਾ ਜੀ ਜੀ ਤੇ ਮੈਂ ਉਹ ਬੰਦੇ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਮੈਨੂੰ ਪੈਸੇ ਦੀ ਲੋੜ ਆ ਪੈਸੇ ਵੀ ਕਿੰਨੇ ਦੀ ਲੋੜ ਸੀ ਮੈਨੂੰ 300 ਡਾਲਰ ਚਾਹੀਦਾ ਸੀ ਉਹ ਟਾਈਮ ਤੇ ਜਿਸ ਵਕ ਇਸ ਮੈਂ ਟਿਕਟ ਲਾਉਣੀ ਸੀਗੀ ਮੇਰੇ ਕੋਲ 300 ਸੀਗਾ 600 ਦੀ ਟਿਕਟ ਆਉਣੀ ਹੁੰਦੀ ਸੀਗੀ ਉਦੋਂ ਤੇ ਮੈਂ ਲਾ ਕੇ ਜਾਣਾ ਸੀ ਟ੍ਰਾਂਟੋ ਆਪਣੇ ਗਾਣੇ ਰਿਕਾਰਡ ਕਰਨ ਉਹ ਕਹਿੰਦਾ ਬਾਈ ਮੇਰੇ ਕੋਲ ਹੈ ਨਹੀਂਗਾ ਤੇ ਮੈਂ ਰੋਜ਼ ਉਹਦੀ ਸਨੈਪਚਾਟ ਤੇ ਜਾਂ ਸੋਸ਼ਲ ਮੀਡੀਆ ਦੇਖਦਾ ਹੁੰਦਾ ਜੀ ਸ਼ੋ ਸ਼ੂ ਲਾਉਂਦਾ ਪ੍ਰੋਪਰ ਉਹੀ ਗਾਣੇ ਦੇ ਪਿੱਛੇ ਉਹਨੂੰ ਕੂਕ ਪੈਂਦੀ ਹੁੰਦੀ ਸੀ ਤੇ ਮੈਨੂੰ ਮੈਨੂੰ ਸੱਚੀ ਬਹੁਤ ਦੁੱਖ ਆ ਮੈਂ ਕਿਹਾ ਵੀ ਕੋਈ ਨਹੀਂ ਮੈਨੂੰ ਜਾਣਦਾ ਮੈਨੂੰ ਕਿਉਂਕਿ ਮੇਰਾ ਸੁਪਨਾ ਹੀ ਸੀਗਾ ਵੀ ਮੈਨੂੰ ਜਾਣਨ ਤੇ ਕਹਿਣ ਪਿੰਡ ਵੀ ਇਜਾਮਾ ਤੇ ਕਹਿਣ ਪੱਗੇ ਦਾ ਮੋਟਾ ਚੜਾਈ ਕਰ ਗਿਆ ਨਾ ਤੇ ਪੱਗਾ ਮੇਰੇ ਡੈਡੀ ਦਾ ਨਾਮ ਆ ਹਾਂਜੀ ਤੇ ਉਦੋਂ ਮੈਨੂੰ ਬਹੁਤ ਦਿਲ ਤੇ ਲੱਗਿਆ ਫਿਰ ਮੈਂ ਕਿਹਾ ਵੀ ਮਨਾ ਛੱਡ ਯਾਰ ਆਪ ਹੀ ਗਿਆ ਕਰਨਾ ਗਾਣਾ ਮੈਨੂੰ ਮਾੜਾ ਮੋਟਾ ਆਉਂਦਾ ਸੀਗਾ ਤੇ ਫਿਰ ਨਾਲ ਦੇ ਨੇ ਆਪਣੀ ਹੌਸਲਾ ਵਜਾਈ ਕੀਤੀ ਵਧੀਆ ਕਹਿੰਦੇ ਤੈਨੂੰ ਗਾਣਾ ਆਉਂਦਾ ਆਪ ਗਾਇਆ ਕਰ ਕਿਉਂਕਿ ਜਿਨ੍ਹਾਂ ਨੂੰ ਮੈਂ ਬਾਹਰ ਦਿੰਦਾ ਸੀ ਗਾਣਾ ਉਹਨਾਂ ਨੂੰ ਮੈਂ ਵਧੀਆ ਗਾ ਲੈਂਦਾ ਸੀ ਫਿਰ ਮੈਂ ਇੱਕ ਕੀਤਾ ਗਾਣਾ ਇੱਥੇ ਵੀਡੀਓ ਉਹਦੀ ਕੀਤੀ ਉਹ ਵੀ ਨਹੀਂ ਬਾਲਾ ਚੱਲਿਆ ਇਦਾਂ ਬੈਕ ਟੂ ਬੈਕ ਕਰਦਾ ਰਿਹਾ ਕਰਦਾ ਰਿ ਬਹੁਤ ਜਿਹੜੀ ਫੜਲੀ 15-16 ਸਾਲ ਦੇ ਸੀ ਜਦੋਂ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸੀ ਸ਼ਾਇਦ ਇਸ ਤੋਂ ਵੀ ਘੱਟ ਉਮਰ ਦੇ ਉਦੋਂ ਜਦੋਂ ਗੀਤ ਲਿਖਣੇ ਸ਼ੁਰੂ ਕੀਤੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਆਪਣੇ ਗੀਤ ਬਾਕੀ ਗਾਇਕਾਂ ਨੂੰ ਦਿੰਦੇ ਹੁੰਦੇ ਸੀ ਤਾਂ ਬਦਲੇ ਦੇ ਵਿੱਚ 300 ਡਾਲਰ ਵਾਸਤੇ ਵੀ ਕਈ ਵਾਰੀ ਬਹੁਤ ਸਾਰੀਆਂ ਮਿੰਤਾ ਕਰਨੀਆਂ ਪੈਂਦੀਆਂ ਅਜੋ ਹੀ ਮੁੰਡਾ ਇੱਕ ਅਜਿਹੇ ਮੁਕਾਮ ਤੇ ਹੈ ਕਿ ਲੋਕੀ ਤਰਸਦੇ ਨੇ ਕਿ ਉਹਨਾਂ ਵੱਲੋਂ ਗਾਏ ਹੋਏ ਗੀਤ ਤੇ ਮੁੰਡਾ ਲਿਖੇ ਕਰਨ ਔਜਲਾ ਦੀ ਕਹਾਣੀ ਬਹੁਤ ਹੀ ਇਨਸਪਾਇਰਿੰਗ ਕਹਾਣੀ ਹੈ ਜਦੋਂ ਵੀ ਇਹਨਾਂ ਬਾਰੇ ਸੁਣਨ ਨੂੰ ਪੜ੍ਹਨ ਨੂੰ ਮਿਲਿਆ ਮੈਨੂੰ ਬਹੁਤ ਇੰਟ੍ਰੀਗਿੰਗ ਲੱਗਾ ਔਰ ਇਸ ਦੀ ਵਜ੍ਹਾ ਇਹ ਹੀ ਸੀ ਕਿ ਇਸ ਏਸ ਇਨਸਾਨ ਦੇ ਵਿੱਚ ਇੰਨੀ ਹਿੰਮਤ ਇੰਨਾ ਜਜ਼ਬਾ ਇੰਨਾ ਹੁਨਰ ਕਿੱਥੋਂ ਆਇਆ ਸੋ ਕਿੱਥੋਂ ਆਇਆ ਇੰਨਾ ਜਜ਼ਬਾ ਇੰਨਾ ਹੁਨਰ ਇਹ ਸਾਰਾ ਕੁਝ ਕਿੱਥੋਂ ਮਿਲਦੀ ਹੈ ਇੰਨੀ ਹਿੰਮਤ ਸੱਚੀ ਦੱਸੋ ਦਾ ਜੀ ਰੱਬ ਹੀ ਸਾਰਾ ਕੁਝ ਕਰਨ ਵਾਲਾ ਜਾਂ ਮੇਰੇ ਮਾਪਿਓ ਜਿਹੜੇ ਉੱਪਰ ਬੈਠੇ ਦਿਖ ਰਿਹਾ ਮੈਨੂੰ ਇਹੀ ਲੱਗਦਾ ਹੁੰਦਾ ਕਦੇ-ਕਦੇ ਬਿਨੈ ਸਿਸਟਰ ਜੀ ਮੈਨੂੰ ਇਹ ਕਹਿੰਦੇ ਹੁੰਦੇ ਮੇਰੇ ਯਾਰ ਬਿੱਲੀ ਵੀ ਇਹ ਕਹਿੰਦਾ ਵੀ ਉਹਨਾਂ ਦਾ ਹੱਥ ਤੇਰੇ ਤੇ ਮੈਨੂੰ ਪਤਾ ਨਹੀਂ ਕਈ ਵਾਰ ਮੈਂ ਬੈਠਾ ਸੋਚਦਾ ਹੁੰਨਾ इमोशनल ਵੀ ਹੋ ਜਾਂਦਾ ਪਰ ਹੁਣ ਇਦਾਂ ਦਾ ਹੋ ਗਿਆ ਜਿੱਦਾਂ ਦਿਲ ਵੀ ਇਦਾਂ ਦਾ ਹੋ ਗਿਆ ਵੀ ਰੋਣਾ ਵੀ ਨਹੀਂ ਆਉਂਦਾ ਛੇਤੀ ਹਨਾ ਤੇ ਕੁਝ ਵੀ ਚੱਕਰ ਚੱਲਦਾ ਪਰ ਕਈ ਵਰੀ ਹੁੰਦਾ ਵੀ ਚਲੋ ਜੋ ਵੀ ਹੋ ਰਿਹਾ ਸਹੀ ਹੋ ਰਿਹਾ ਪਰ ਇੱਥੋਂ ਹੀ ਆ ਜੀ ਬਾਬੇ ਦੀ ਕਿਰਪਾ ਵਾ ਸਹੀ ਹੋ ਜਾਂਦਾ ਸਾਰਾ ਕੁਝ ਕਰਨ ਮੇਰੇ ਫਾਦਰ ਸਾਹਿਬ ਨੇ ਹਾਂਜੀ ਔਰ ਮੈਨੂੰ ਕਈ ਵਾਰੀ ਸੱਚੀ ਲੱਗਦਾ ਹੁੰਦਾ ਹੈ ਕਿ ਜੋ ਜੋ ਜ਼ਿੰਦਗੀ ਦੇ ਵਿੱਚ ਹੋ ਰਿਹਾ ਹੈ ਨਾ ਉਹ ਗਾਈਡ ਕਰ ਰਹੇ ਨੇ ਕਿੱਦਾਂ ਕਰ ਰਹੇ ਨੇ ਮੈਨੂੰ ਇਹ ਨਹੀਂ ਪਤਾ ਬਿਲਕੁਲ ਆ ਜਿਉ ਹੁੰਦੇ ਮਾਂ ਬਾਪ ਇੱਥੇ ਹੁੰਦੇ ਤਾਂ ਰੋਕ ਟੋਕ ਕਰਦੇ ਕਿ ਇਹ ਕਿਹੜੇ ਪਾਸੇ ਲੱਗਿਆ ਹੋਇਆ ਹੈ ਗੀਤ ਗਾਈ ਜਾਣਾ ਹੈ ਸਟੇਜਾਂ ਤੇ ਚੜੀ ਜਾਣਾ ਹੈ ਟਾਈਮ ਵੇਸਟ ਕਰਦੇ ਜਾਂ ਤੁਹਾਨੂੰ ਲੱਗਦਾ ਹੈ ਉਹ ਕਹਿੰਦੇ ਸਾਨੂੰ ਬਹੁਤ ਮਾਣ ਆਤ ਇਰਤ ਸ਼ਾਇਦ ਮੜੀ-ਮੁਟੀ ਰੋਗ ਟੋਗ ਹਰੇਕ ਕਰਦੇ ਕਰਦੇ ਹੁੰਦੇ ਆ ਸ਼ਾਇਦ ਕਰਦੇ ਪਰ ਜੇ ਉਹਨਾਂ ਨੂੰ ਪਤਾ ਲੱਗਦਾ ਨਾਲ ਦੀ ਨਾਲ ਵੀ ਵਧੀਆ ਕਰੀ ਜਾਂਦਾ ਸ਼ਾਇਦ ਕਰ ਲੈਣ ਦਿੰਦੇ ਉਹ ਮੈਨੂੰ ਇਹੀ ਹੁੰਦਾ ਵੀ ਜੇ ਕਾਸ਼ ਉਹ ਹੁੰਦੇ ਅੱਜ ਦੇ ਟਾਈਮ 'ਚ ਤਾਂ ਉਹਨੂੰ ਮੈਂ ਚੰਗਾ ਟਾਈਮ ਦਿਖਾ ਸਕਦਾ ਉਹਨਾਂ ਦਾ ਮੇਰਾ ਮੇਰਾ ਡੈਡੀ ਵੀ ਸਾਰਿਆਂ ਨੂੰ ਇਹੀ ਆ ਕਈ ਮੈਨੂੰ ਦੇਖ ਕੇ ਕਹਿੰਦੇ ਆ ਯਾਰੇ ਫੁਕਰੇ ਆ ਵੀ ਇਹ ਤਾਂ ਐ ਗੱਡੀਆਂ 'ਚ ਘੁੰਮਦੇ ਆ ਜਿਵੇਂ ਨਾ ਮੰਦਿਰ ਮੈਂ ਇਹੀ ਦੱਸਣਾ ਚਾਹੁੰਦਾ ਵੀ ਮੇਰਾ ਡੈਡੀ ਵੀ 5000 ਰੁਪਏ ਦੀ ਤਨਖਾਹ ਤਨਖਾਹ ਤੇ ਕੰਮ ਕਰਦਾ ਰਿਹਾ ਇੰਡੀਆ ਸੁਸਾਇਟੀ 'ਚ ਮੈਂ ਵੀ ਜਮੇ ਮੀਡਲ ਕਲਾਸ ਫੈਮਿਲੀ 'ਚੋਂ ਪਾਉਂ ਨਾ ਮੈਂ ਕੋਠੀ ਪਾ ਸਕਦਾ ਪਰ ਮੈਂ ਉੱਥੇ ਰੱਖਿਆ ਹੋਇਆ ਉਹ ਮੈਨੂੰ ਵਧੀਆ ਲੱਗਦਾ ਉੱਥੇ ਰਹਿਣਾ ਹਨਾ ਆਉਣਾ ਕਿਹਨੇ ਆਣਾ ਦਾ ਮੇਰੇ ਮੰਮੀ ਰੈਡੀ ਨੇ ਆਉਣਾ ਨਾ ਕਿਸੇ ਰਿਸ਼ਤੇਦਾਰ ਨੇ ਆ ਕੇ ਕਹਿਣਾ ਵੀ ਵਧੀਆ ਕਰ ਲਿਆ ਉਹ ਮੇਰੇ ਮਨ ਨੂੰ ਸਕੂਨ ਐ ਸੈਟੀਸਫੈਕਸ਼ਨ ਆ ਮੈਨੂੰ ਆਈ ਜਾਂਦੀ ਉਹ ਮੈਨੂੰ ਵਧੀਆ ਲੱਗਦਾ ਹਨਾ ਸੋ ਕਾਸ਼ੋ ਜੇ ਹੁੰਦੇ ਤਾਂ ਮੈਂ ਉਹਨੂੰ ਦਿਖਾਉਣ ਜੋਗਾ ਹੁੰਦਾ ਐਟਲੀਸਟ ਵੀ ਮੈਂ ਕੁਝ ਕਰ ਗਿਆ ਹਨਾ ਜਦੋਂ ਕਿਤੇ ਸਟੇਜ ਤੇ ਜਾਂਦਾ ਨਾ ਬਾਕੀ ਆਰਟਿਸਟਾਂ ਦੇ ਮੰਮੀ ਰੈਡੀ ਜਾਂਦੇ ਆ ਵੀ ਆਹ ਮੇਰਾ ਬਾਪੂ ਖੜਾ ਪਿੱਛੇ ਆ ਖੜਾ ਨਾ ਮੈਨੂੰ ਵੀ ਦੇਖ ਕੇ ਹੁੰਦਾ ਵੀ ਯਾਰ ਕਾਸ਼ ਮੇਰਾ ਵੀ ਹੁੰਦਾ ਪਰ ਕੋਈ ਚੱਕਰ ਨਹੀਂ ਮੈਨੂੰ ਇਹ ਹੀ ਆ ਵੀ ਲੋਕ ਜੱਜ ਬਹੁਤ ਸ਼ੀਤੀ ਕਰ ਦਿੰਦੇ ਤੁਹਾਨੂੰ ਬਿਨਾ ਜਾਣੇ ਵੀ ਇਹ ਬੰਦਾ ਫੁਕਰਾ ਜਾਂ ਕੁਝ ਵੀ ਆ ਹਨਾ ਪਰ ਇਦਾਂ ਇਦਾਂ ਕਰਨਾ ਨਹੀਂ ਚਾਹੀਦਾ ਕਿਉਂਕਿ ਤੁਹਾਨੂੰ ਉਹਦੀ ਬੰਦੇ ਦੀ ਸਟੋਰੀ ਨਹੀਂ ਪਤਾ ਜਸ ਬਿਕਸ ਉਹ ਦੱਸ ਨਹੀਂ ਰਿਹਾ ਤੁਹਾਨੂੰ ਆ ਕੇ ਆਪਣਾ ਸੌਰੀ ਆਮ ਖਾਣ ਗੇਰੀ ਇਮੋਸ਼ਨਲ ਪਰ ਵੀ ਜੇ ਹੁਣ ਮੈਂ ਇੰਸਟਾਗ੍ਰam ਲਾਈਵ ਹੋ ਕੇ ਮੈਂ ਕਹਿ ਨਹੀਂ ਰਿਹਾ ਹੈਗਾ ਵੀ ਵੀ ਯਾਰ ਮੈਂ ਤਾਂ ਬਹੁਤ ਚੰਗਾ ਇਨਸਾਨ ਆ ਇਹਦਾ ਕੁਝ ਵੀ ਨਹੀਂ ਪਰ ਮੈਂ ਜਿੰਨਾ ਕਰਦਾ ਨਹੀਂ ਮੈਨੂੰ ਇਦਾਂ ਹੁੰਦਾ ਵੀ ਕੋਈ ਫਾਇਦਾ ਨਹੀਂ ਕਿਸੇ ਨੇ ਇੱਕ ਦਿਨ ਸੁਣਨਾ ਨਾ ਮੁੜ ਕੇ ਕਿਸੇ ਨੇ ਸੁਣਨਾ ਨਹੀਂ ਹੈਗਾ ਪਰ ਕਦੇ ਹੁੰਦਾ ਨਹੀਂ ਪਰ ਥੋੜਾ ਬਹੁਤਾ ਹੋ ਜਾਂਦਾ ਨਾ ਪਰ ਇਹ ਆ ਡੋਨੋ ਪਦਾਰੀ ਬੜੀਆ ਸਾਰਾ ਕੁਝ ਸਹੀ ਹੈ ਚੱਡੀਆਂ ਦਾ ਗੁਰਤੀ ਕਿੱਥੋਂ ਮਿਲੀ ਆ ਲਿਖਣ ਦੀ ਗੁਰਤੀ ਗਾਇਕੀ ਦੀ ਗੁਰਤੀ ਕਿੱਥੋਂ ਮਿਲੀ ਆ ਮੈਨੂੰ ਬਾਅਦ ਚ ਪਤਾ ਲੱਗਿਆ ਸੀਗਾ ਮੇਰੀ ਸਿਸਟਰ ਤੋਂ ਵੀ ਮੇਰੇ ਡੈਡੀ ਮਾੜਾ ਮੋਟਾ ਲਿਖਦਾ ਹੁੰਦਾ ਸੀਗਾ ਜਿੱਦਾਂ ਉਹ ਇਦਾਂ ਨਹੀਂ ਸੀ ਲਿਖਦਾ ਹੁੰਦਾ ਗਾਣੇ ਵਗੈਰਾ ਪਰ ਜਿੱਦਾਂ ਨੂੰ ਲਿਖਣ ਦਾ ਸ਼ੌਂਕ ਸੀ ਜਾਂ ਕੋਈ ਵੀ ਚਿੱਠੀ ਲਿਖਦੀ ਜਾਂ ਕੁਝ ਵੀ ਹੈ ਨਾ ਮੈਨੂੰ ਇਹ ਸੀਗਾ ਫਿਰ ਮੈਨੂੰ ਲੱਗਦਾ ਸ਼ਾਇਦ ਮੇਰੇ ਡੈਡੀ ਤੋਂ ਆ ਹੋਵੇ ਤੁਹਾਡੇ ਫੈਨਸ ਦੇ ਸੁਨੇਹੇ ਆ ਰਹੇ ਨੇ ਹਾਂਜੀ ਸੋ ਤੁਹਾਡੇ ਫੈਨਸ ਦੇ ਸੁਨੇਹੇ ਆ ਸ਼ੇਅਰ ਕਰਦੇ ਆ ਥੋੜਾ ਜਿਹਾ ਮਾਹੌਲ ਲਾਈਟ ਕਰਦੇ ਆ ਭਾਵੁਕ ਹੋ ਗਏ ਆ ਅਸੀਂ ਦੋਵੇਂ ਹੀ ਆਪਣੇ ਬਾਪੂਆਂ ਨੂੰ ਯਾਦ ਕਰਕੇ ਔਰ ਹੁੰਦਾ ਇਟਸ ਇਟਸ ਭਾਵੁਕ ਗੱਲ ਤੁਹਾਡੇ ਫੈਨਸ ਦੇ ਸੁਨੇਹੇ ਦੂਰੋਂ ਦੂਰੋਂ ਆਏ ਨੇ ਸੋ ਆਈ ਊਡ ਲਾਈਕ ਟੂ ਪਲੇ ਥਮ ਕਰਨੌਜਲਾ ਸਾਹਿਬ ਪਿੰਡ ਕਾਲਾ ਬੱਕਰਾ ਜ਼ਿਲ੍ਹਾ ਜਲੰਧਰ ਤੋਂ ਗੱਲ ਕਰ ਰਿਹਾ ਜੀ ਬੜਾ ਤਕੜਾ ਫੈਨ ਆ ਜੀ ਤੁਹਾਡਾ ਤੁਹਾਡਾ ਲਾਵਲਪੁਰ ਸ਼ੋਅ ਦੇਖਿਆ ਸੀਗਾ ਸੁਪਰਬ ਯਾਰ ਤੁਹਾਡੀ ਨਰਜੀ ਬਹੁਤ ਘੈਂਟ ਆ ਯਾਰ ਭਾਜੀ ਤੁਹਾਨੂੰ ਮਿਲਣਾ ਇੱਕ ਵਾਰੀ ਜ਼ਿੰਦਗੀ ਮਿਹਰਬਾਨੀ ਵੀਰੇ ਕਿੱਦਾਂ ਲੱਗਦਾ ਜਦੋਂ ਇੰਨੀ ਮੁਹੱਬਤ ਮਿਲਦੀ ਹੈ ਲੋਕ ਇੰਨਾ ਪਿਆਰ ਕਰਦੇ ਨੇ ਤੁਹਾਨੂੰ ਮਿਲਣ ਨੂੰ ਤਰਸਦੇ ਨੇ ਕਦੇ-ਕਦੇ ਆ ਲੱਗਦਾ ਵੀ ਹਾਏ ਕਿਤੇ ਜ਼ਮੀਨ ਤੋਂ ਪੈਰ ਉੱਪਰ ਨਾ ਚਲੇ ਜਾਣ ਥੱਲੇ ਰਹਿਣ ਬਿਲਕੁਲ ਲੱਗਦਾ ਜੀ ਪਰ ਮੈਨੂੰ ਮੇਰੇ ਤੇ ਇੰਨਾ ਯਕੀਨ ਆ ਵੀ ਕਦੇ ਉੱਡੂਗਾ ਨਹੀਂ ਮੈਂ ਹਵਾ ਤੇ ਨਾ ਮੈਨੂੰ ਕਿਉਂਕਿ ਸ਼ਾਇਦ ਮੇਰੇ ਹਾਲਾਤਾਂ ਕਰਕੇ ਜਾਂ ਜੋ ਵੀ ਹੈ ਮੈਨੂੰ ਨਹੀਂ ਲੱਗਦਾ ਵੀ ਮੈਂ ਕਦੇ ਹੋਊਗਾ ਤੇ ਰੱਬ ਕਦੇ ਕਰਾਵੇ ਵੀ ਨਾ ਮੇਤੋਂ ਮੈਂ ਆਲਵੇਜ਼ ਆਮ ਗੋਣਾ ਬੀ ਹੰਬਲ ਡਾਊਨ ਟੂਵਰਡਸ ਜਿਹੜਾ ਵੀ ਮੇਰੇ ਕੋਲ ਆਉਂਦਾ ਮਿਲਦਾ ਮੈਂ ਆਲਵੇਜ਼ ਇੱਕ ਗੱਲ ਗੱਲ ਪੜੀ ਟਾਕ ਸ਼ਿਟ ਕਰਦੇ ਜੇ ਜੋ ਵੀ ਹੈ ਮੇਰ ਨੂੰ ਇੱਕ ਰੂਹ ਚ ਬਹਿ ਜਾਣਾ ਤੇ ਦੇਖੋ ਕਿੰਨੇ ਫ੍ਰੈਂਡਲੀ ਹੋ ਕੇ ਨਿਕਲਦੇ ਆ ਉਥੋਂ ਸੋ ਉਹੀ ਮੈਂ ਸੇਮ ਚੀਜ਼ ਕਹੂੰਗਾ ਵੀ ਡਾਊਨ ਟੂ ਅਰਥ ਆਲਵੇਜ਼ ਰਹਾਂਗੇ ਤੇ ਬਣਾਇਆ ਹੋਇਆ ਸਰੂਤਿਆਂ ਦੇ ਪਿਆਰ ਨਾਲ ਸਾਰਾ ਕੁਝ ਵਧੀਆ ਸਾਰੇ ਇਨਾਂ ਪਿਆਰ ਕਰਦੇ ਉਹਨਾਂ ਜੇ ਕੁਝ ਆਪਣੇ ਚ ਦੇਖਿਆ ਤਾਂ ਹੀ ਪਿਆਰ ਕਰਦੇ ਆ ਉਥੋਂ ਮੈਂ ਦਿਲੋਂ ਧੰਨਵਾਦੀ ਹਾਂ ਸਾਰਿਆਂ ਦਾ ਸੋ ਜੋ ਸ਼ੁਰੂ ਸ਼ੁਰੂ ਦੇ ਵਿੱਚ ਜਿਹੜੇ ਲੋਕਾਂ ਨੇ ਮੋਢੇ ਤੇ ਹੱਥ ਰੱਖਿਆ ਜਿਨ੍ਹਾਂ ਨੇ ਕਿਹਾ ਕਿ ਤੂੰ ਕਰ ਸਕਦਾ ਸਾਡੇ ਵਾਸਤੇ ਕਰ ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਕਲਾਕਾਰ ਨੇ ਜਨਾ ਦੀ ਤੁਸੀਂ ਬਹੁਤ ਇੱਜ਼ਤ ਕਰਦੇ ਹੋ ਤੇ ਇਹ ਚੀਜ਼ ਯਾਦ ਰੱਖਦੇ ਹੋ ਕਿ ਉਹ ਤੁਹਾਡੇ ਨਾਲ ਉਦੋਂ ਖੜੇ ਸੀ ਜਦੋਂ ਤੁਹਾਨੂੰ ਕੋਈ ਪਛਾਣਦਾ ਵੀ ਨਹੀਂ ਸੀ ਬਿਲਕੁਲ ਜੀ ਮੇਰੇ ਨਾਲ ਐਕਚੁਅਲੀ ਮੇਰੀ ਲਾਈਫ 'ਚ ਬੰਦੇ ਆਏ ਗਏ ਬਹੁਤ ਨੇ ਕਿਉਂਕਿ ਅੱਦਨ ਮੈਂ ਯੂਜ਼ ਕਰਨਾ ਚਾਹਿਆ ਵੀ ਜਿਨ੍ਹਾਂ ਨੇ ਨਹੀਂ ਯੂਜ਼ ਕਰਨਾ ਚਾਹਿਆ ਮੈਂ ਉਹਨਾਂ ਤੇ ਫੋਕਸ ਕਰਨਾ ਚਾਹੁੰਨੀ ਆ ਪਹਿਲਾਂ ਮਿਲਿਆ ਸੰਦੀਪ ਭਰਿਆਨ ਵੀਰ ਜਿਨ੍ਹਾਂ ਨਾਲ ਤੁਹਾਡੀ ਗੱਲ ਹੁੰਦੀ ਰਹੀ ਆ ਆਪੋ ਨੇ ਮੈਨੂੰ ਮੈਨੂੰ ਹਲ ਵੀ ਆਦਾ ਸਾਡੀ ਯਾਰੀ ਕਿਦਾਂ ਪਈ ਮੈਨੂੰ ਕਿਤੇ ਨਾ ਕਿਤੇ ਖੜੇ ਪੈਰ 2800 3000 ਡਾਲਰ ਦੀ ਲੋਡ ਪੈ ਗਈ ਸੀ ਮੈਂ ਤਾਂ ਸਟੂਡੈਂਟ ਹੁੰਦਾ ਸੀ ਤੇ ਮੈਂ ਵੀਡੀਓ ਕਰਨੀ ਸੀਗੀ ਨੈਕਸਟ ਡੇ ਤੇ ਜਿਹੜੇ ਬੰਦੇ ਨੇ ਮੇਰੇ ਤੇ ਕਰਨੀ ਸੀਗੀ ਵੀਡੀਓ ਤੇ ਪੈਸੇ ਪੁਸੇ ਜੋ ਵੀ ਸਪான்ਸਰ ਜੋ ਵੀ ਹੁੰਦਾ ਸਕਦਾ ਉਹ ਉਹ ਮੈਨੂੰ ਇੱਕ ਰਾਤ ਪਹਿਲਾਂ ਜਵਾਬ ਦੇ ਗਿਆ ਤੇ ਸਾਰਾ ਕੁਝ ਹੋਇਆ ਸੀ ਤੇ ਮੈਂ ਸੰਦੀਪ ਵੀਰ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਮੈਨੂੰ ਲੋੜ ਆ ਪੈਸੇ ਦੀ ਹਾਂ ਤੇ ਉਦੋਂ ਦਾ ਕੋਈ ਚੈਨਲ ਵੀ ਨਹੀਂ ਸੀ ਕੁਝ ਨਹੀਂ ਸੀਗਾ ਉਹਦਾ ਬੰਦਾ ਉਦਾਂ ਹੀ ਪਲਾ ਮਾਨਸਾ ਨਾ ਉਹਨੇ ਕਿਸੇ ਨਾ ਕਿਸ ਤਰ੍ਹਾਂ ਹੀ ਲੱਗ ਕਰਕੇ ਸਵੇਰੇ ਮੇਰੇ ਕੋਲ ਪੈ ਪਹਿਲਾ ਬੰਦਾ ਹੋਇਆ ਤੇ ਦੂਜਾ ਦੀਪ ਚੰਡੂ ਬਾਈ ਉਹਨਾਂ ਨੇ ਵੀ ਵਧੀਆ ਕੀਤਾ ਸਾਡਾ ਸ਼ੁਰੂ ਤੋਂ ਮੈਂ ਪਹਿਲਾਂ ਜਾਂਦਾ ਰਿਆਂ ਉੱਥੇ ਸਾਰੇ ਮਿਊਜ਼ਿਕ ਮੀਜ਼ਿਕ ਵਗੈਰਾ ਉਹਨਾਂ ਨੇ ਵੀ ਹੌਸਲਾ ਬਜਾਈ ਬਹੁਤ ਕੀਤੀ ਤੇ ਬਾਕੀ ਸਾਰੇ ਭਰਾ ਜਿਹੜੇ ਹੈਗੇ ਨੇ ਇੰਡੀਆ ਤੋਂ ਜਾਂ ਮੇਰੀਆਂ ਸਿਸਟਰਜ਼ ਵੀ ਨੇ ਉਹਨਾਂ ਨੇ ਵੀ ਬਹੁਤ ਹੌਸਲਾ ਬਜਾਈ ਕੀਤੀ ਤੇ ਜਿਹੜੇ ਗੀਤ ਨੂੰ ਸਭ ਤੋਂ ਪਹਿਲਾਂ ਜਿਹੜਾ ਮਕਬੂਲ ਹੋਇਆ ਜਿੰਨੇ ਗਾਇਆ ਉਹ ਕੌਣ ਸੀ ਮੇਰਾ ਲਿਖਿਆ ਹੋਇਆ ਜੀ ਤੁਹਾਡਾ ਲਿਖਿਆ ਹੋਇਆ ਜੱਸੀ ਗਿੱਲ ਅ ਭਾਈ ਨੂੰ ਗਾਣਾ ਦਿੱਤਾ ਸੀ ਮੈਂ ਰੇਂਜ ਮੈਂ ਉਦੋਂ ਦੇਖ ਕੇ ਆ ਗਿਆ ਸੀ 14-15 ਸਾਲਾਂ ਦਾ ਤੇ ਮੈਂ ਇੱਧਰ ਆ ਗਿਆ ਸੀਗਾ ਫਿਰ ਉਧਰ ਰਿਲੀਜ਼ ਹੋ ਗਿਆ ਸੀਗਾ ਜੱਸੀ ਗਿੱਲ ਦਾ ਇੱਕ ਖਾਸ ਸੁਨੇਹਾ ਤੁਹਾਡੇ ਵਾਸਤੇ ਬਹੁਤ ਚੰਗਾ ਕੀ ਬਾਤ ਹੈ ਆਏ ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ ਨੂੰ ਤੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਨ ਬਰੋ ਕੀ ਹਾਲ ਚਾਲ ਨੇ ਠੀਕ ਆ ਤੇ ਤਰਨਮਪਣੀ थैंक यू ਸੋ ਮਚ ਤੁਸੀਂ ਮੈਨੂੰ ਦੱਸਿਆ ਕਿ ਅੱਜ ਕਰਨ ਸਟੂਡੀਓ ਆ ਰਿਹਾ ਸੋ ਮੈਂ ਕਰਨ ਬਾਰੇ ਕੁਝ ਗੱਲਾਂ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਕਰਨ ਨੂੰ ਜਾਣਦਾ ਜਦੋਂ ਕਰਨ 15 16 ਸਾਲਾਂ ਦਾ ਸੀਗਾ ਤੇ 2012 13 ਦੇ ਵਿੱਚ ਮੈਂ ਆਪਣੀ ਐਲਬਮ ਦੀ ਤਿਆਰੀ ਕਰ ਰਿਹਾ ਸੀ ਸੈਕੰਡ ਐਲਬਮ ਦੀ ਸੋ ਉਦੋਂ ਮੈਨੂੰ ਕਰਨ ਨੇ ਗਾਣਾ ਦਿੱਤਾ ਜਿੱਥੇ ਮੇਰੀ ਰੇਂਜ ਅਖ ਬਾਜ ਨਾਲੋਂ ਤੇ ਸੋ ਮੈਨੂੰ ਕਰਨ ਨੇ ਦੱਸਿਆ ਕਿ ਉਹਦੀ ਏਜ 15 ਪਤਾ ਨਹੀਂ 16 ਸਾਲ ਆ ਸੋ ਮੈਨੂੰ ਬਲੀਵ ਨਹੀਂ ਹੋਇਆ ਕਿ 15-16 ਸਾਲ ਦੀ ਉਮਰ ਦੇ ਮੁੰਡੇ ਦਾ ਗਾਣਾ ਲਿਖਿਆ ਹੋਇਆ ਸੋ ਬਟ ਹੌਲੀ-ਹੌਲੀ ਜਦੋਂ ਕਰਨ ਦੇ ਹੋਰ ਵੀ ਗਾਣੇ ਆਏ ਐਂਡ ਕਰਨ ਕੈਨੇਡਾ ਆਇਆ ਐਂਡ ਕਰਨ ਦਾ ਗਾਣਾ ਆਇਆ ਸੀ ਬਾਪੂ ਜਿਹੜਾ ਕਿ ਮੈਨੂੰ ਬਹੁਤ ਬਹੁਤ ਮੇਰਾ ਫੇਵਰਿਟ ਗਾਣਾ ਐਂਡ ਉਸ ਤੋਂ ਬਾਅਦ ਉਸ ਤੋਂ ਬਾਅਦ ਲਈ ਜਰਨੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ ਉਹਨੇ ਇੱਥੇ ਸਟਰਗਲ ਕੀਤਾ ਕਿਵੇਂ ਫਿਰ ਹੌਲੀ-ਹੌਲੀ ਉਹਨੇ ਆਪਣੇ ਗਾਣੇ ਕੀਤੇ ਸੋ ਇਹ ਇਸ ਸਾਰੀ ਜਰਨੀ ਦੇ ਵਿੱਚ ਜੋ ਮੈਂ ਅਬਜ਼ਰਵ ਕੀਤਾ ਮੈਨੂੰ ਲੱਗਦਾ ਕਿ ਅੱਜ ਕਰਨ ਜਸਵੀ ਮੁਕਾਮ ਤੇ ਆ ਉਹਦੇ ਵਿੱਚ ਤਾਂ ਹਾਰਡ ਵਰਕ ਤੇ ਉਹਦਾ ਟੈਲੈਂਟ ਤਾਂ ਹੈਗਾ ਹੀ ਹੈਗਾ ਬਟ ਜਿਹੜੀ ਸਭ ਤੋਂ ਵਧੀਆ ਤੇ ਸਭ ਤੋਂ ਖਾਸ ਚੀਜ਼ ਮੈਨੂੰ ਕਰਨ ਦੀ ਲੱਗੀ ਉਹ ਹੈਗੀ ਆ ਇਹਦੀ ਪੋਜ਼ਿਟਿਵ ਵਾਈਬ ਤੇ ਇਹਦਾ ਸੁਭਾਅ ਐਂਡ ਮੈਨੂੰ ਲੱਗਦਾ ਇੱਕ ਆਰਟਿਸਟ ਦਾ ਸੁਭਾ ਚੰਗਾ ਹੋਣਾ ਬਹੁਤ ਜ਼ਰੂਰੀ ਆ ਕਿਸੇ ਵੀ ਫੀਲਡ ਦੇ ਵਿੱਚ ਸਕਸੈਸ ਮਿਲ ਜਾਂਦੀ ਆ ਤੁਹਾਡੇ ਟੈਲੈਂਟ ਹਾਰਡਵਰਕ ਨਾਲ ਮਿਲ ਜਾਂਦੀ ਆ ਬਟ ਤੁਹਾਡਾ ਸੁਭਾ ਤੁਹਾਨੂੰ ਲੋਕਾਂ ਦੇ ਦਿਲਾਂ ਤੱਕ ਪਹੁੰਚਾਉਂਦਾ ਸੋ ਉਹ ਉਹ ਕਰਨ ਦੀ ਖਾਸ ਗੱਲ ਆ ਜੋ ਮੈਂ ਅਬਜ਼ਰਵ ਕੀਤੀ ਹੁਣ ਤੱਕ ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਮੇਰੀ ਕਰਨ ਨਾਲ ਉਦੋਂ ਗੱਲ ਹੁੰਦੀ ਸੀ ਉਦੋਂ ਵੀ ਇਦਾਂ ਹੁੰਦੀ ਸੀ ਐਂਡ ਅੱਜ ਵੀ ਸਾਡੀ ਉਵੇਂ ਹੀ ਗੱਲ ਹੁੰਦੀ ਆ ਐਂਡ ਆਪਣੇ ਯਾਰਾਂ ਦੋਸਤਾਂ ਨਾਲ ਵੀ ਕਰਨ ਦੀ ਉਦਾਂ ਹੀ ਗੱਲ ਹੁੰਦੀ ਆ ਐਂਡ ਤੁਸੀਂ ਜਦੋਂ ਮਿਲਦੇ ਹੋ ਜਿਹੜੀ ਕਰਨ ਦੀ ਵਾਈਬ ਆ ਉਹ ਬਹੁਤ ਪੋਜ਼ਿਟਿਵ ਆ ਐਂਡ ਜਿਹੜੀ ਇਹਦੇ ਗਾਨਾਂ ਅੱਜ ਵੀ ਨਜ਼ਰ ਆਉਂਦੀ ਹੈ ਸੋ ਇੱਕ ਖਾਸ ਗੱਲ ਜੋ ਮੈਂ ਅਬਜ਼ਰਵ ਕੀਤੀ ਹੈ ਇਹਦੀ ਜਰਨੀ ਦੇ ਵਿੱਚ ਸੋ ਬਾਬਾ ਇਦਾਂ ਹੀ ਮੇਰੇ ਭਰਾ ਨੂੰ ਚੜ੍ਹਦੀ ਕਲਾ 'ਚ ਰੱਖੇ ਇਦਾਂ ਹੀ ਸੋਹਣੇ ਸੋਹਣੇ ਗਾਣਾ ਗਾਣੇ ਕਰਦਾ ਰਹੇ ਇਦਾਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਰਹੇ ਕੀ ਬਾਤ ਹੈ ਥੈਂਕ ਯੂ ਸੋ ਮਚ ਮੈਨੂੰ ਬਹੁਤ ਖੁਸ਼ ਕੀਤਾ ਹੈ ਮੈਸੇਜਸ ਨੇ ਜੋ ਵੀ ਤੁਸੀਂ ਐਫਰਟ ਕੀਤਾ ਹਨ ਤੇ ਜੱਸੀ ਵੀਰਦਾ ਵੀ ਥੈਂਕ ਯੂ ਸੋ ਮਚ ਥੈਂਕ ਯੂ ਇਹ ਤੋਂ ਬਾਅਦ ਮੈਂ ਕੀ ਕਹਾ ਮੈਨੂੰ ਪਤਾ ਨਹੀਂ ਬਿਲਕੁਲ ਥੈਂਕ ਯੂ ਸੋ ਮਚ ਮੇਰ ਬਨੇ ਸਾਡੀ ਦੋਵਾਂ ਦੀ ਪਹਿਲੀ ਮੁਲਾਕਾਤ ਹੈ ਪਰ ਮੈਨੂੰ ਲੱਗ ਨਹੀਂ ਰਿਹਾ ਕਿ ਅਸੀਂ ਪਹਿਲੀ ਵਾਰ ਮਿਲੇ ਹਾਂ ਮੈਨੂੰ ਇਹ ਲੱਗਦਾ ਹੈ ਕਿ ਜੋ ਇਹਨਾਂ ਦੀ ਇਮੇਜ ਇਹਨਾਂ ਦੀਆਂ ਵੀਡੀਓਜ਼ ਰਾਹੀਂ ਇਹਨਾਂ ਦੇ ਸੰਗੀਤ ਰਾਹੀਂ ਲੋਕਾਂ ਸਾਹਮਣੇ ਪਹੁੰਚਦੀ ਹੈ ਅਸਲ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਸ਼ਖਸੀਅਤ ਉਸ ਇਮੇਜ ਤੋਂ ਬਿਲਕੁਲ ਉਲਟ ਹੈ ਆ ਸੋ ਅਕਸਰ ਕਰਨ ਜਿਹੜਾ ਬਲੇਮ ਹੈ ਨਾ ਜਿਹੜਾ ਵਾਇਲੈਂਸ ਦਾ ਬਲੇਮ ਹੈ ਜਿਹੜਾ ਜੋ ਵੀ ਨੌਜਵਾਨਾਂ ਦੇ ਨਾਲ ਅੱਜ ਕੱਲ ਹੋ ਰਿਹਾ ਹੈ ਕੁਰਾਹੇ ਪੈਣ ਵਾਲਾ سلسلہ ਉਹ ਅਕਸਰ ਕਲਾਕਾਰਾਂ ਉੱਤੇ ਥੋਪਿਆ ਜਾਂਦਾ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਸਾਡੇ ਬੱਚਿਆਂ ਨੂੰ ਤੁਸੀਂ ਸਹੀ ਰਾਹੇ ਪਾਓ ਕਿਉਂਕਿ ਤੁਸੀਂ ਗਲਤ 뮤직 ਰਿਲੀਜ਼ ਕਰਦੇ ਹੋ ਇਹਦਾ ਮਤਲਬ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਵਿਗੜਦੇ ਨੇ ਕਿੰਨੀ ਕਿ ਸੱਚਾਈ ਹੈ ਤੇ ਕਿੰਨਾ ਕਿ ਸਹੀ ਹੈ ਮੈਨੂੰ ਲੱਗਦਾ ਜੀ ਕਿਸੇ ਦੇ ਕਹਿਣ ਨਾਲ ਤਾਂ ਨਹੀਂ ਕੋਈ ਵਿਗੜਦਾ ਹੁੰਦਾ ਪਰ ਸੱਚ ਹੋ ਵੀ ਸਕਦਾ ਹਰੇਕ ਦਾ ਆਪਣਾ ਪੁਆਇੰਟ ਆਫ View ਆ ਤੇ ਮੈਨੂੰ ਵੀ ਕਈ ਲੋਕ ਇਦਾਂ ਹੁਣ ਸਮਝਦੇ ਆ ਵੀ ਇੱਕ ਪਤਾ ਨਹੀਂ ਗੁੰਡੇ ਨੇ ਜਾਂ ਗੈਂਗਸਟਰ ਨੇ ਮੈਂ ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਵੀ ਮੈਂ ਆਮ ਜਹ ਇਨਸਾਨ ਆ ਮੈਂ ਉੱਠਿਆ ਇਦਾਂ ਜੋ ਵੀ ਆ ਮੈਂ ਵੀ ਜੌਬ ਤੇ ਜਾਂਦਾ ਰਿਹਾ ਇੱਥੇ ਮੈਂ ਲੌਂਗ ਸ਼ਟਰਮੈਨ ਰਿਹਾ ਪਰ ਮੈਂ ਹੁਣ ਨਹੀਂ ਜਾਂਦਾ ਬਾਬੇ ਨੇ ਕਿਰਪਾ ਕੀਤੀ ਹੈ ਜੋ ਵੀ ਆ ਪਰ ਅਸੀਂ ਨਹੀਂ ਹੈਗੇ ਗੁੰਡੇ ਜਾਂ ਬਦਮਾਸ਼ ਜਾਂ ਜਾਂ ਵਾਇਲੈਂਸ ਫਲਾਉਣ ਵਾਲੇ ਅਸੀਂ 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 ਕਲਾਕਾਰ ਆ ਮੈਂ ਗੀਤਕਾਰ ਆ ਇੱਕ ਮੈਂ ਇੱਕ ਸਿੰਗਰ ਆ ਹੁਣ ਜੋ ਬਣ ਗਿਆ ਹਨਾ ਸ਼ਾਇਦਾਂ ਵਾਲੇ ਸਮੇਂ ਦੇ ਵਿੱਚ ਮੈਂ ਕੈਰੈਕਟਰ ਵੀ ਹੋਊਗਾ ਹਨਾ ਪਰ ਮੈਂ ਬਦਮਾਸ਼ ਨਹੀਂ ਹੈਗਾ ਇਹ ਗੱਲ ਮੈਂ ਮੈਂ ਕਹਿ ਰਿਹਾ ਪਰ ਚੱਕਰ ਕੀ ਹੈ ਵੀ ਜਿਹੜੇ ਬਾਕੀ ਕਲਾਕਾਰ ਨੇ ਉਹ ਕਹਿੰਦੇ ਨਹੀਂ ਵੀ ਅਸੀਂ ਨਹੀਂ ਹੈਗੇ ਉਹਨਾਂ ਨੂੰ ਇਦਾਂ ਲੱਗਦਾ ਇਹ ਚੀਜ਼ ਕਹਿਣ ਚ ਉਹਨਾਂ ਦੀ ਬੇਇੱਜ਼ਤੀ ਹੈ ਨਹੀਂ ਬੇਇੱਜ਼ਤੀ ਨਹੀਂ ਹੈਗੀ ਇਹ ਕਹਿਣ ਚ ਅ ਬਾਕੀ ਕਹਿੰਦੇ ਜਾਂ ਮੈਂ ਆਪਣੀ ਹੱਕ ਤੇ ਥਾਪੀ ਮਾਰ ਕੇ ਕਦੇ ਨਹੀਂ ਕਿਹਾ ਵੀ ਮੈਂ ਹੀ ਆ ਜੋ ਬੀ ਹਨਾ ਮੈਂ ਕਹਿੰਦਾ ਮੈਨੂੰ ਬਣਾਉਣ ਵਾਲਾ ਵਾਹਿਗੁਰੂ ਆ ਮੈਨੂੰ ਬਣਾਉਣ ਵਾਲੇ ਮੇਰੇ ਘਰ ਦੇ ਨੇ ਮੈਨੂੰ ਬਣਾਉਣ ਵਾਲੇ ਆਡੀਅנס ਆ ਮੈਂ ਆਪ ਕੁਛ ਨਹੀਂ ਹੈਗਾ ਮੈਂ ਆਪ ਨਹੀਂ ਬਣਿਆ ਮੈਨੂੰ ਬਣਾਇਆ ਗਿਆ ਮੈਂ ਇਹ ਨਹੀਂ ਕਦੇ ਕਹਿੰਦਾ ਹੁੰਦਾ ਵੀ ਮੈਂ ਆਪਣੇ ਧੰਮ ਤੇ ਬਣਿਆ ਜੀ ਜਾਂ ਮੈਂ ਚੱਲਿਆ ਤਾਂ ਮੈਂ ਹੀ ਚੱਲਿਆ ਮੈਂ ਮੇਰਾ ਜੋ ਜੀ ਕਰਦਾ ਮੈਂ ਕਰੂੰਗਾ ਨਹੀਂ ਕਰੂੰਗਾ ਮੈਂ ਜੇ ਮੈਨੂੰ ਕਿਸੇ ਨੇ 2 ਮਿੰਟs ਥੱਲੇ ਲੋਣਾ ਤਾਂ ਅਗਲੇ ਨੇ ਲਾ ਦੇਣਾ ਮੈਂ ਮੈਂ ਸਰੋਤਿਆਂ ਦਾ ਮੈਂ ਆਪ ਦਾ ਥੋੜੀਆਂ ਹਨਾ ਮੈਂ ਆਡੀਅנס ਦਾ ਸੋ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਅਸੀਂ ਕੋਈ ਬਦਮਾਸ਼ ਨਹੀਂ ਹੈਗੇ ਅਸੀਂ ਸਿਰਫ ਲਿਖਣ ਵਾਲਿਆ ਮੈਂ ਆਮ ਜਿਹਾ ਇਨਸਾਨ ਹਾਂ ਹਾਂ ਜੇ ਕੋਈ ਮੂਰਿਆਂ ਔਖਾ ਹੁੰਦਾ ਜਾਂ ਮੇਰੇ ਨਾਲ ਕੋਈ ਆਪਣੀ ਬੇਇਨਸਾਫੀ ਕਰਦਾ ਹੈ ਕੁਝ ਹੁੰਦਾ ਤਾਂ ਮੈਨੂੰ ਆਵਾਜ਼ ਉਠਾਉਣਾ ਮੈਨੂੰ ਆਉਂਦਾ ਮੈਨੂੰ ਆਪਣੇ ਹੱਕਾਂ ਲਈ ਖੜਨਾ ਆਉਂ ਮੈਂ ਨਾ ਕੋਈ ਗੁੰਡਾ ਨਹੀਂ ਹੈਗਾ ਇਹ ਮੈਂ ਜ਼ਰੂਰ ਕਹਨ ਹਾਂ ਉਸਲਾ ਇੱਕ ਗੀਤਕਾਰ ਹੈ ਤੇ ਇੱਕ ਸਿੰਗਰ ਹੈ ਕੋਈ ਬਦਮਾਸ਼ ਜਾਂ ਗੁੰਡਾ ਜਾਂ ਫੁਕਰਾ ਨਹੀਂ ਹੈਗਾ ਮੈਂ ਸਿਰਫ ਆਪਣਾ ਕੰਮ ਕਰ ਰਿਹਾ ਮੇਰਾ ਉਹਦੇ ਤੇ ਫੋਕਸ ਹੈ ਦੈਟਸ ਇਟ ਮੈਂ ਸਿਰਫ ਚਾਹੁੰਦਾ ਮੈਂ ਜੇ ਮੈਂ ਜੇ ਇਦਾਂ ਦੇ ਗਾਣੇ ਲਿਖੇ ਨੇ ਵੀ ਜੱਟ ਦੀਆਂ ਦਿੱਤੀਆਂ ਬਣਾ ਕੇ ਚਾਹਾਂ ਜਿਹੜਾ ਜੋ ਵੀ ਜਾਂ ਮੈਂ ਇਦਾਂ ਦੇ ਗਾਣੇ ਲਿਖੇ ਵੀ ਪਾਪੀਆਂ ਦੇ ਲੈਣਾ ਡ੍ਰੀਮ ਬਲੀਏ ਤਾਂ ਮੈਂ ਇਦਾਂ ਦੇ ਗਾਣੇ ਵੀ ਲਿਖੇ ਨੇ ਵੀ ਇੱਕ ਤੋਂ ਇੱਕ ਨੇ ਰਹੇ ਜੋ ਵਿਕਨੇ ਪੈਸੇ ਨੇ ਪਾਤੇ ਜੀ ਯਾਰਾਂ ਚ ਫਿਕਨੇ ਬੇਬੇ ਬਾਪੂ ਨੂੰ ਟਾਈਮ ਜੀ ਦੇ ਦਿਓ ਮੈਂ ਮਿਲਣਾ ਚਾਹੁੰਦਾ ਮਿਲ ਨਹੀਂ ਪਾਇਆ ਮੈਂ ਇਦਾਂ ਦੇ ਗਾਣੇ ਵੀ ਲਿਖਨੇ ਮੈਂ ਇਦਾਂ ਦੇ ਗਾਣੇ ਵੀ ਲਿਖਨੇ ਕਰ ਤਾਂ ਸਕਦੇ ਆ ਸਾਨੂੰ ਲੋੜ ਨਹੀਂ ਮੈਂ ਸਾਰਾ ਕੁਝ ਲਿਖਿਆ ਸੋ ਥੋੜਾ ਜਿਹਾ ਉਹ ਚੀਜ਼ਾਂ ਵੱਲ ਵੀ ਧਿਆਨ ਦਿਆ ਕਰੋ ਜੇ ਇਹ ਵੀ ਤੁਸੀਂ ਇੰਜੋਏ ਕਰਦੇ ਹੋ ਪਰ ਮੈਨੂੰ ਇਹ ਪੱਕਾ ਪਤਾ ਵੀ ਜਿਹੜੇ ਮੈਂ ਦੂਜੇ ਕਰਦਾ ਵੀ ਪਾਪੀ ਦੇ ਲੈਣਾ ਡ੍ਰੀਮ ਬਲੀਏ ਉਹ ਤੁਸੀਂ ਜ਼ਿਆਦਾ ਇੰਜੋਏ ਕਰਦੇ ਹੋ ਕਿਉਂਕਿ ਮੇਰਾ YouTube ਦਾ ਰੈਵਨਿਊ ਮੇਰੇ ਕੋਲ ਹੈ ਮੈਨੂੰ ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਚੱਲ ਰਹੀ ਆ ਸੋ ਮੈਂ ਤਾਂ ਆਬਵੀਅਸਲੀ ਉਹੀ ਚੀਜ਼ ਕਰੂੰਗਾ ਜੀ ਮੇਰੇ ਜਵਾਬ ਵੀ ਹੋਣਗੇ ਹਾਂ ਬਿਲਕੁਲ ਔਰ ਇਹ ਜਿਹੜੀ ਆਈ ਹੈਵ ਟੂ ਅਡਰੈਸ ਦ ਐਲੀਫੈਂਟ ਇਨ ਦ ਰੂਮ ਕਿਉਂਕਿ ਇਹ ਜਿਹੜਾ ਟੌਪਿਕ ਹੈ ਜੇ ਨਾ ਗੱਲ ਕਰੂੰਗੀ ਤਾਂ ਵੀ ਮੈਨੂੰ ਸੁਨੇਹੇ ਆਉਣਗੇ ਕਰਨੀ ਉਹ ਨਰਾਜ਼ ਹੋ ਜਾਂਦੇ ਜੇ ਕਰਨ ਔਜਲਾ ਦਾ ਗਾਣਾ ਲਾਓ ਜੇ ਉਹਨਾਂ ਦਾ ਗਾਣਾ ਲਾਓ ਤਾਂ ਤੁਹਾਡੇ ਫੈਨਸ ਨਰਾਜ਼ ਹੋ ਜਾਂਦੇ ਜੇ ਤੁਹਾਡਾ ਗਾਣਾ ਲਾਓ ਤੇ ਉਹਨਾਂ ਦੇ ਫੈਨਸ ਨਰਾਜ਼ ਹੋ ਜਾਂਦੇ ਇਹ ਅਸੀਂ ਅੱਜ ਗੱਲ ਕਰ ਰਹੇ ਸੀ ਆਫਿਸ ਦੇ ਵਿੱਚ ਕਿ ਇਹ ਕੋਈ ਪਬਲਿਸਿਟੀ ਵਾਸਤੇ ਤਾਂ ਨਹੀਂ ਕੀਤਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਇਹਨਾਂ ਦੋਵਾਂ ਨੇ ਕੋਲਾਬੋਰੇਸ਼ਨ ਕਰਨੀ ਹੋਵੇ ਫਿਊਚਰ ਦੇ ਵਿੱਚ ਉਹਦੇ ਵਾਸਤੇ ਬਿਲਡ ਅਪ ਕਰ ਰਹੇ ਹੋਣ ਕਿ ਕੁਝ ਨਾ ਕੁਝ ਵਧੀਆ ਹੋਣ ਵਾਲਾ ਵੱਡਾ ਹੋਣ ਵਾਲਾ ਤੇ ਉਹਦੇ ਵਾਸਤੇ ਸਾਰੀ ਪਬਲਿਸਿਟੀ ਹੈ ਪਬਲਿਸਿਟੀ ਤਾਂ ਕੋਈ ਨਹੀਂ ਜੀ ਆਪਣੇ ਵੱਲੋਂ ਤਾਂ ਕੋਈ ਪਬਲਿਸਿਟੀ ਨਹੀਂ ਹੈਗੀ ਬਲ ਆਪਣਾ ਤਾਂ ਇਦਾਂ ਹੀ ਆ ਵੀ ਜਦ ਕੋਈ ਬੰਦਾ ਥੋੜਾ ਜਿਹਾ ਅਗਲੇ ਨੂੰ ਏਦਾਂ ਹੋ ਜਾਂਦਾ ਨਾ ਥੋੜਾ ਇੰਡਰੈਸਟਮੈਂਟ ਕਰ ਲੈਂਦੇ ਵੀ ਇਹਨਾਂ ਦਾ ਕਿਡਾ ਕੋਈ ਹੈਗਾ ਨਾ ਕੋਈ ਇੰਡੀਆ ਨਾ ਇੱਥੇ ਆ ਵੀ ਉਹੀ ਰੋਲ ਦਾਂਗੇ ਆ ਕਰ ਲਾਂਗੇ ਏਦਾਂ ਨਹੀਂ ਕੋਈ ਰੋਲਦਾ ਹੁੰਦਾ ਇਹ ਸਿਰਫ ਵਾਹਿਗੁਰੂ ਸੱਚਾ ਪਾਸ਼ਾ ਪਰਮਾਤਮਾ ਹੈ ਜੀ ਨੇ ਰੋਲਣਾ ਸਾਨੂੰ ਕੋਈ ਬੰਦੇ ਦੀ ਜ਼ਮੀਰ ਨਹੀਂ ਹੈਗੀ ਏਡੀ ਵੀ ਸਾਨੂੰ ਕੋਈ ਆ ਕੇ ਰੋਲ ਦੂਗਾ ਇਹ ਤਾਂ ਰੱਬ ਹੀ ਇਹ ਕਰਨ ਵਾਲਾ ਜਦ ਤਨ ਕੁਝ ਹੋਣਾ ਹੋ ਜਾਣਾ ਜੀ ਇਹਨੂੰ ਕੋਈ ਨਹੀਂ ਰੋਕ ਸਕਦਾ ਪਰ ਮੈਨੂੰ ਇੰਨਾ ਮੇਰੇ ਤੇ ਯਕੀਨ ਆ ਵੀ ਕੋਈ ਕਹਿ ਦੂਗਾ ਮੈਂ ਤੈਨੂੰ ਰੋੜ ਦੂੰਗਾ ਹੇ ਤਾਂ ਇੰਨੀ ਛਿੱਤੀ ਤਾਂ ਨਹੀਂ ਮੈਂ ਰੋਲਦਾ ਵੀ ਇੱਕ ਰੀ ਦਾ ਗਾ ਤਾਂ ਮੈਂ ਵੀ ਪ ਬਿਲਕੁਲ ਹੈਗਾ ਜੀ ਬਸ ਰਾਈਟ ਸਕ੍ਰਿਪਟ ਜਿਹੜੀ ਲੱਭ ਰਹੇ ਆ ਐਸਵੀਰ ਇੰਡੀਆ ਗਈ ਸੀ ਬੜੀਆ ਟੂਰ ਰਿਹਾ ਬਹੁਤ ਚਾਰ ਮਹੀਨੇ ਦੇ ਵਿੱਚ ਬਹੁਤ ਵਧੀਆ ਵਧੀਆ ਸ਼ੋਜ਼ ਕੀਤੇ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਉਹ ਚੀਜ਼ਾਂ ਹੋਈਆਂ ਇੰਤਕ ਇੰਡੀਆ ਜਿਨ੍ਹਾਂ ਬਾਰੇ ਮੈਂ ਤੱਕ ਦੇ ਸੋਚਿਆ ਨਹੀਂ ਸੀ ਜਿਹੜੇ ਮੇਰੇ ਤੋਂ ਲੱਗਦੇ ਉਹਨਾਂ ਨਾਲ ਵੀ ਨਹੀਂ ਸੀ ਸੋਚਿਆ ਕਦੇ ਵੀ ਇਹ ਕਰੂਗਾ ਪਰ ਹੋ ਗਏ ਉਹ ਬਾਬੇ ਦੀ ਕਿਰਪਾ ਨਾਲ ਗਏ ਪਰ ਹੁਣ ਮੈਂ ਹੀ ਮੇਰਾ ਹੀ ਪਲਾਨ ਹੈ ਵੀ ਜੋ ਮੈਂ ਇੰਡੀਆ ਸੀਗਾ ਮੇਰੇ ਕੋਲ ਕਾਫੀ ਸਕ੍ਰਿਪਟਾਂ ਆਈਆਂ ਵੀ ਆਹ ਮੂਵੀ ਕਰੋ ਜੀ ਆਹ ਮੂਵੀ ਕਰੋ ਮੈਂ ਨਹੀਂ ਚਾਹੁੰਦਾ ਵੀ ਮੈਂ ਬਸ ਮੂਵੀ ਦੇ ਨਾਮ ਨੂੰ ਮੂਵੀ ਕਰ ਦਵਾ ਤੇ ਮੁੜ ਕੇ ਉਹ ਚੱਲੇ ਨਾ ਵਸਤਾ ਜਾਂ ਲੋਕਾਂ ਨੂੰ ਪਸੰਦ ਨਾ ਆਵੇ ਤੇ ਉਹ ਮੇਰਾ ਕੈਰੈਕਟਰ ਨਾ ਹੋਵੇ ਮੈਂ ਚਾਹੁੰਦਾ ਵੀ ਮੈਂ ਉਹੀ ਮੂਵੀ ਕਰਾਂ ਜਿਹੜੀ ਲੋਕਾਂ ਨੂੰ ਵਧੀਆ ਲੱਗੇ ਤੇ ਕੁਝ ਡਿਫਰੈਂਟ ਹੋਵੇ ਜੇ ਮੈਨੂੰ ਸਕ੍ਰਿਪਟ ਨਾ ਮਿਲੀ ਤਾਂ ਮੈਂ ਆਪ ਲਿਖਣ ਤੈਦਾ ਹੈਗੀ ਆ ਫਿਰ ਮੈਂ ਆਪ ਲਿਖ ਲਊਗਾ ਜੀ ਬੈਂਸ ਨਾਲ ਇੰਟਰੈਕਟ ਕਰਦੇ ਹੁੰਨੇ ਹੋ ਰੈਗੂਲਰ ਬੇਸਿਸ ਤੇ ਬਿਲਕੁਲ ਕਰੀਦਾ ਜੀ ਮੈਂ ਇੰਸਟਾਗ੍ਰam ਲਾਈਵ ਲੂਵ ਘਟ ਦੇਣਾ ਜਿਹੜੀ ਕਿ ਮੇਰੀ ਇੱਕ ਵੀਕਨੈਸ ਹੈ ਮੈਂ ਬਹੁਤ ਘਟ ਦਾਨਾ ਕਿਉਂਕਿ ਮੈਂ ਆਪਣੇ ਬਾਰੇ ਲੋਕਾਂ ਨੂੰ ਦੱਸਦਾ ਨਹੀਂ ਮੈਂ ਬਹੁਤ ਘਟ ਦੱਸਦਾ ਪਰ ਜਿਹੜੇ ਲੋਕ ਦੱਸਦੇ ਆ ਆਪਣੇ ਬਾਰੇ ਉਹ ਕਾਮਯਾਬ ਨੇ ਹਨਾ ਚਲੋ ਕਾਮਯਾਬ ਮਾੜੇ ਮੋਟੇ ਅਸੀਂ ਵੀ ਹੋਗੇ ਜੋ ਵੀ ਆ ਪਰ ਮੈਂ ਆਪਣੇ ਬਾਰੇ ਦੱਸਦਾ ਘੱਟਾਂ ਪਰ ਇੰਟਰੈਕਸ਼ਨ ਫੈਨਸ ਨਾਲ ਜਿਹੜੀ ਇੰਡੀਆ ਜਾ ਕੇ ਹੁੰਦੀ ਆ ਉਹਦਾ ਇੱਥੇ ਸਵਾਦ ਨਹੀਂ ਆਉਂਦਾ ਉੱਥੇ ਜਾ ਕੇ ਬਹੁਤ ਲੋਕ ਹਨਾ ਕਿਸੇ ਵੀ ਪਿੰਡ 'ਚ ਮੇਲਾ ਲਾਉਣ ਜਾਂਦੇ ਆ ਜਾਂ ਕਿਸੇ ਟੂਰਨਾਮੈਂਟ ਦੇ ਜਾਂ ਕਿਤੇ ਕਿਤੇ ਕਾਨਸਰਟ ਆ ਉੱਥੇ ਲੋਕਾਂ ਨੂੰ ਤੁਸੀਂ ਬਾਇ ਫੇਸ ਦੇਖਦੇ ਹੋ ਹਨਾ ਤੁਹਾਡੇ ਸਾਹਮਣੇ ਖੜੇ ਹੁੰਦੇ ਨੇ ਉਹ ਸੋ ਜਿਹੜਾ ਉਹ ਉਹ ਮੁਹੱਬਤ ਹੈ ਨਾ ਜਿਹੜੀ ਉਹ ਉਹ ਲੈਣ ਦਾ ਬਹੁਤ ਮੈਨੂੰ ਬਹੁਤ ਵਧੀਆ ਲੱਗਦਾ ਦਿਲੋਂ ਪਿਆਰ ਕਰਦੇ ਆ ਉੱਥੇ ਨਾ ਪਰਸਨਲ ਸਪੇਸ ਦਾ ਕੋਈ ਕਨਸੈਪਟ ਹੈ ਨਹੀਂ ਹਾਂਜੀ ਬਿਲਕੁਲ ਜੇ ਜੇ ਤੁਹਾਨੂੰ ਮੁਹੱਬਤ ਕਰਦੇ ਤਾਂ ਦਿਲੋਂ ਮੁਹੱਬਤ ਕਰਦੇ ਹਾਂ ਦਾ ਹੱਕ ਹੈ ਉਹ ਬਿਲਕੁਲ ਹੋਣਾ ਚਾਹੀਦਾ ਕਈ ਲੋਕ ਖਿਜਣਦੇ ਆ ਵੀ ਯਾਰ ਮੈਂ ਰੋਟੀ ਖਾਈ ਨਾ ਤੂੰ ਆ ਗਿਆ ਕੋਈ ਚੱਕਰ ਨਹੀਂ ਮੈਂ ਤਾਂ ਉੱਠ ਕੇ ਖੜਾ ਹੋ ਜਾਣਾ ਵੀਰੇ ਆਜੋ ਜੇ ਮੈਂ ਰੋਟੀ ਖਾ ਰਿਹਾ ਤਾਂ ਮੈਂ ਉਹਦੇ ਕਰਕੇ ਹੀ ਖਾ ਰਿਹਾ ਜਿਹੜਾ ਬੰਦਾ ਮੇਰੇ ਕੋਲ ਉੱਠ ਕੇ ਆ ਰਿਹਾ ਸੋ ਮੈਂ ਆਲਵੇਸ ਆਪਣੇ ਦਿਮਾਗ ਵਿੱਚ ਰੱਖਦਾ ਹਾਂ ਵੀ ਕੋਈ ਚੱਕਰ ਨਹੀਂ ਹੈਗਾ ਨੋ ਪ੍ਰੋਬਲਮ ਕਦੇ ਖਿਜਣਾ ਨਹੀਂ ਇਹ ਮੇਰੇ ਤਿੰਨ ਚਾਰ ਕਸੂਲ ਨੇ ਕਦੇ ਮੂਰਲੇ ਬੰਦੇ ਨੂੰ ਮਾਰਦਾ ਨਹੀਂ ਬਣਾਉਂ ਕਿਉਂਕਿ ਉਹ ਤੁਹਾਡੇ ਕੋਲ ਤਾਂ ਆਇਆ ਚੱਲ ਕੇ ਕਿਉਂਕਿ ਉਹ ਤੁਹਾਨੂੰ ਪਿਆਰ ਕਰਦਾ ਉਹ ਤੁਹਾਨੂੰ ਉਹ ਤੁਹਾਨੂੰ ਪਿਆਰ ਕਰਦਾ ਤਾਂ ਆਇਆ ਉਹਦਾ ਟਾਈਮ ਕੱਢ ਕੇ ਆਪਣੇ ਘਰ ਦੇ ਛੱਡ ਕੇ ਰਾਤ ਨੂੰ 2-2 ਵਜੇ ਤੱਕ ਆਪਣੇ ਰੂਮ ਦੇ ਬਾਹਰ ਲੋਕ ਖੜੇ ਹੁੰਦੇ ਸੀਗੇ ਉੱਥੇ ਵੀ ਬਾਈ ਤੈਨੂੰ ਮਿਲਣਾ ਆਇਆ ਦੇਖਣਾ ਆਇਆ ਇੱਕ ਤਾਂ ਇਹ ਕਹਿੰਦੇ ਸੀ ਬਾਈ ਫੋਟੋ ਨਖ ਚਾ ਯਾਰ ਬਸ ਆਏ ਕਹਦੇ ਸੋ ਚੀਜ਼ ਦੇਖ ਕੇ ਥੋੜਾ ਜਿਹਾ ਬਲੰਡ ਹੋ ਜਾਂਦਾ ਵੀ ਬੰਦੇ ਨੂੰ ਯਾਰ ਵੀ ਸੱਚੀ ਇਹਨੇ ਜੋ ਹੈ ਨਹੀਂ ਸੀ ਤੁਸੀਂ ਕੀਤਾ ਸੋ ਉਈ ਜ਼ਕਰ ਨਹੀਂ ਹੈਗਾ ਮੈਂ ਤਾਂ ਹਲੇ ਵੀ ਐਸ ਕੀ ਕਹਣਾ ਇੰਡੀਆ ਜਾਊਂਗਾ ਜਿੰਨਾਂ ਨੇ ਮੈਨੂੰ ਮੌਕਾ ਮਿਲਿਆ ਜਿੰਨੇ ਵੀ ਲੋਕ ਕਈ ਮੇਰੇ ਟੈਟੂ ਬਣਾਈ ਫਿਰਦੇ ਆ ਬਾਹਾਂ ਤੇ ਫੋਟੋਆਂ ਬਣਾਈ ਹੋਈਆਂ ਨੇ ਅੱਛਾ ਸ਼ਹਿਨਾਜ਼ ਗਿਲ ਨੇ ਤੁਹਾਡਾ ਟੈਟੂ ਬਣਾਇਆ ਹੋਇਆ ਸੁਣਿਆ ਉਹਦੇ ਬਾਰੇ ਹੁਣ ਮੈਂ ਕੀ ਕਹਾਂ ਜੀ ਪਰ ਕਈ ਚੌਣ ਵਾਲੇ ਹੈਗੇ ਆ ਜਿਹੜੇ ਮੁੰਡੇ ਆ ਕਈ ਹਨਾ ਮੁੰਡੇ ਉਹਨਾਂ ਨੇ ਬਣਾਈ ਹੋਈਆਂ ਫੋਟੋ ਵਗੈਰਾ ਮੈਂ ਦੇਖਦਾ ਹਾਂ ਨਾ ਵੀ ਯਾਰ ਮੈਨੂੰ ਚੁੱਕ ਹੈ ਨਹੀਂ ਤੁਸੀਂ ਕੀਤਾ ਵੀ ਆਪਣੇ ਬੇਬੇ ਬਾਪੂ ਦੀ ਫੋਟੋ ਬਣਾ ਦਿਓ ਕੁਝ ਵੀ ਪਰ ਉਹ ਕਹਿੰਦੇ ਬਈ ਉਹ ਵੀ ਬਣਾਉਣੀ ਆ ਪਰ ਤੇਰੀ ਵੀ ਬਣਾਰੀ ਕਿਉਂਕਿ ਤੂੰ ਸਾਡਾ ਰੋਲ ਮਾਡਲ ਹੈ ਸੋ ਜਦੋਂ ਮੈਨੂੰ ਇਹ ਗੱਲ ਕਹਿ ਦਿੰਦੇ ਆ ਤਾਂ ਮੈਨੂੰ ਬਹੁਤ ਖੁਸ਼ੀ ਵੀ ਹੁੰਦੀ ਹੈ ਇੱਕ ਧਾ ਤੇ ਪਰ ਇੱਕ ਧਾ ਤੇ ਐ ਵੀ ਹੁੰਦਾ ਵੀ ਯਾਰ ਤੁਹਾਡਾ ਰੋਲ ਮਾਡਲ ਤੁਹਾਡਾ ਬਾਪੂ ਹੋਣਾ ਚਾਹੀਦਾ ਪਰ ਉਹ ਕਹਿੰਦੇ ਬਾਈ ਜੋ ਤੂੰ ਕੀਤਾ ਅਸੀਂ ਉਹ ਕਰਨਾ ਸੋ ਮੈਨੂੰ ਉਹ ਚੀਜ਼ ਵਧੀਆ ਲੱਗਦੀ ਆ ਸੋ ਮੈਂ ਜਦੋਂ ਵੀ ਹੁਣ ਇੰਡੀਆ ਜਾਣਾ ਉਹ ਸਾਰੇ ਬੰਦੇ ਨੂੰ ਸੁਨੇਹਾ ਜੀ ਜਿਨ੍ਹਾਂ ਨੇ ਵੀ ਮੇਰੇ ਟੈਟੂ ਬਣਾਏ ਨੇ ਬਾਹਾਂ ਤੇ ਜਾਂ ਫੋਟੋ ਬਣਾਈਏ ਨੇ ਜਿਨ੍ਹਾਂ ਦੇ ਨਹੀਂ ਵੀ ਬਣਾਏ ਜਿੰਨੇ ਜਾਣੇ ਨਾ ਹੋ ਸਕਿਆ ਮੈਂ ਬੈਠ ਕੇ ਡਿਨਰ ਕਰੂੰਗਾ ਉੱਥੇ ਥੈਟਸ ਵੰਡਰਫੁਲ ਔਰ ਤੁਸੀਂ ਰੋਲ ਮਾਡਲ ਕਿੰ ਕਿੰਨੂ ਮੰਨਦੇ ਹੁੰਦੇ ਸੀ ਗਾਇਕੀ ਦੇ ਖੇਤਰ ਦੇ ਵਿੱਚ ਜਦੋਂ ਮੱਠੂ ਵੀ ਓਨੈਸਟੀ ਮੈਂ ਐਵੇਂ ਝੂਠ ਨਹੀਂ ਬੋਲੂਗਾ ਮੈਂ ਉਹਨੂੰ ਸੁਣਦਾ ਰਿਹਾ ਉਹਨੂੰ ਸੁਣਦਾ ਰਿਹਾ ਮੈਨੂੰ ਪਤਾ ਹੀ ਨਹੀਂ ਸੀ ਲੱਗਿਆ ਜਦੋਂ ਮੈਂ ਲਿਖਣ ਲੱਗਿਆ ਜਦੋਂ ਮੈਂ ਗਾਉਣ ਲੱਗਿਆ ਮੈਂ ਗਾਉਂਦਾ ਗਾਉਂਦਾ ਮੈਂ ਮਣਮੂਨ ਵਾਰਿਸ ਨੂੰ ਬਹੁਤ ਸੁਣਦਾ ਰਿਹਾ ਉਹਨਾਂ ਜਿੰਨਾ ਵਧੀਆ ਗਾਉਣਾ ਤਾਂ ਮੈਨੂੰ ਨਹੀਂ ਆਇਆ ਪਰ ਉਹਨਾਂ ਚ ਵੀ ਜੇ ਤੁਸੀਂ ਕਦੇ ਦੇਖੋਗੇ ਤਾਂ ਇਹ ਝਲਕ ਆਉਂਦੀ ਹੈ ਵੀ ਆਲਵੇਸ ਕਾਮ ਹੁੰਦੇ ਨੇ ਤੇ ਪ੍ਰੋਪਰ ਲੀਡ ਬੈਕ ਉਹਨਾਂ ਦੀ ਪਰਸਨੈਲਿਟੀ ਹੈ ਵੀ ਬੜਾ ਬੋਲਦੇ ਨਹੀਂ ਹੈ ਨਾ ਬੜੀ ਹਾਸਮੁਖ ਜਿਹਾ ਸੁਭਾ ਸੋ ਮੈਨੂੰ ਲੱਗਦਾ ਵੀ ਉਹ ਵੀ ਚੀਜ਼ ਦਾ ਕੋਈ ਨਾ ਕੋਈ ਪ੍ਰਭਾਵ ਪਿਆ ਤੇ ਇੱਕ ਮੇਰੇ ਤੇ ਉਹਨਾਂ ਤੋਂ ਵੀ ਬਹੁਤ ਪ੍ਰਭਾਵ ਪਿਆ ਮੈਨੂੰ ਕਰਨ ਇੱਕ ਖਾਸ ਸੁਨੇਹਾ ਤੁਹਾਡੇ ਵਾਸਤੇ ਹਾਂਜੀ ਕਨੈਕਟ ਐਫ ਐਮ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਮਨਮੋਣ ਵਾਰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੋ ਏ ਤਰਨੁਣੀ ਕੱਲ ਦੱਸਿਆ ਕਿ ਉਹਨਾਂ ਦੇ ਸ਼ੋਅ 'ਚ ਸਾਡਾ ਛੋਟਾ ਵੀਰ ਕਰਨ ਔਜਲਾ ਆ ਰਿਹਾ ਅੱਜ ਕਰਨ ਔਜਲਾ ਨਾਲ ਕਈ ਗੱਲਾਂ ਸਾਡੀਆਂ ਸਾਂਝੀਆਂ ਪਹਿਲੀਆਂ ਤੇ ਕਿ ਕੈਨੇਡਾ ਦੇ ਸਰੀ ਏਰੀਏ ਨੇ ਬਹੁਤ ਪੰਜਾਬੀ ਸੰਗੀਤ ਨੂੰ ਸਟਾਰ ਦਿੱਤੇ ਆ ਤੇ ਕਰਨ ਨੇ ਉਹ ਰਵਾਇਤ ਅਗਲੀ ਪੀੜ੍ਹੀ 'ਚ ਵੀ ਜਾਰੀ ਰੱਖੀ ਆ ਦੂਜੀ ਗੱਲ ਇਹ ਕਿ ਉਹ ਮੇਰਾ ਤੇ ਮੇਰੇ ਭਰਾਵਾਂ ਦਾ ਬਚਪਨ ਤੋਂ ਫੈਨ ਆ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਪਰ ਕਰਨੇ ਪਹਿਲਾਂ ਤੋਂ ਇਦਾਂ ਹੀ ਹੁੰਦਾ ਆ ਅਸੀਂ ਛੋਟੇ ਹੁੰਦੇ ਕੁਲਦੀਪ ਮਾਨਕ ਸਾਹਿਬ ਦੇ ਸ਼ੌਂਕੀ ਸਾਹਿਬ ਦੇ ਫੈਨ ਸੀਗੇ ਤੂੰ ਸਾਡਾ ਫੈਨ ਆ ਤੇ ਕੱਲ ਵਾਲੀ ਪੀੜ੍ਹੀ ਆਉਣ ਵਾਲੀ ਪੀੜ੍ਹੀ ਤੇਰੀ ਫੈਨ ਮੇਰੀਆਂ ਬਹੁਤ ਦੁਆਵਾਂ ਤਰੱਕੀਆਂ ਕਰੋ ਖੁਸ਼ੀਆਂ ਮਾਣੋ ਤੇ ਆਪਣੇ ਸਰੋਤਿਆਂ ਨੂੰ ਖੁਸ਼ੀਆਂ ਵੰਡੋ ਧੰਨਵਾਦ ਕੀ ਆਵਾਜ਼ ਹੈ ਮਿਹਰਬਾਨੀ ਥੈਂਕ ਯੂ ਸੋ ਮਚ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਦੇ ਵੀ ਕਦੇ ਵੀ ਬਹੁਤ ਖੁਸ਼ੀ ਹੋਈ ਥੈਂਕ ਯੂ ਸੋ ਮਚ ਤੁਹਾਡਾ ਵੀ ਤੇ ਵਾਰਿਸ ਪਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਿੰਨੀ ਮੁਹੱਬਤ ਇੰਡਸਟਰੀ ਤੋਂ ਜਿਹੜੇ ਇਨਸਾਨ ਨੂੰ ਮਿਲ ਰਹੀ ਹੈ ਇੰਨੀ ਹਲਾਸ਼ੇਰੀ ਮਿਲ ਰਹੀ ਹੈ ਇਹਨਾਂ ਆਸ਼ੀਰਵਾਦ ਮਿਲ ਰਿਹਾ ਇਸ ਇੰਡਸਟਰੀ ਦੇ ਵਿੱਚ ਤਾਂ ਅਕਸਰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਜ਼ਿਆਦਾ ਮਿਲਦੇ ਨੇ ਬਿਲਕੁਲ ਜੀ ਆਸ਼ੀਰਵਾਦ ਦੇਣ ਵਾਲੇ ਦਿਲੋਂ ਤੁਹਾਨੂੰ ਦੁਆਵਾਂ ਦੇਣ ਵਾਲੇ ਬਹੁਤ ਘੱਟ ਮਿਲਦੇ ਕਰਨ ਸੋ ਯੂ ਯੂ ਆਰ ਲੱਕੀ ਯੂ ਆਰ ਫੋਰਚਨਟ ਥੈਂਕ ਯੂ ਸੋ ਮਚ ਇੱਕ ਹੋਰ ਸੁਨੇਹਾ WhatsApp ਰਹੀ ਬਹੁਤ ਸਾਰੇ ਵੌਇਸ ਨੋਟਸ ਤੁਹਾਡੇ ਆ ਰਹੇ ਨੇ ਮੈਂ ਕੋਸ਼ਿਸ਼ ਕਰਾਂਗੀ ਕਿ ਨਾ ਸਾਰਿਆਂ ਨੂੰ ਲਾਈਏ ਹੈਲੋ ਮੈਂ ਕੋਮਲ ਫਰੋਮ ਸਰੀ ਮੈਂ ਦੱਸਣਾ ਚਾਹਣਾ ਹੈ ਕਿ ਮੈਂ ਕਰਨ ਔਜਲਾ ਵੀਰੇ ਦਾ ਬਹੁਤ ਹੀ ਵੱਡਾ ਫੈਨ ਹਾਂ ਹਰ ਰੋਜ਼ ਮੈਂ ਵੀਰੇ ਦੇ ਗਾਣੇ ਸੁਣਨਾ ਜਦੋਂ ਵੀ ਕੰਮ ਤੋਂ ਘਰ ਜਾਂਦਾ ਤੇ ਜੋ ਗਰਿਮਾ ਜੀ ਦਾ ਸ਼ੋਅ ਹੁੰਦਾ 3 ਤੋਂ 5 ਵਜੇ 5 ਵਜੇ ਤੱਕ ਮੈਂ ਹਰ ਰੋਜ਼ ਉਸ ਸ਼ੋਅ ਦੇ ਵਿੱਚ ਇਹਨਾਂ ਦੇ ਗਾਣੇ ਦੀ ਹੀ ਰਿਕਵੈਸਟ ਸੈਂਡ ਕਰਦਾ ਮੇਰੇ ਫੇਵਰਿਟ ਗਾਣੇ ਆ ਹਿੰਟ ਝਾਂਜਰ ਤੇ ਲੈਟਨ ਪਲੇ ਬਸ ਵੀਰੇ ਸੋ ਮਚ ਲਵ ਐਂਡ ਰਿਸਪੈਕਟ ਇਦਾਂ ਹੀ ਫੱਟੇ ਚੱਕੀ ਚੱਲ ਗੋਡ ਬlesse you ਤੁਹਾਡੇ ਵਾਸਤੇ ਮੁਹੱਬਤ ਹੈ ਨਾ ਜਿਹੜੀ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਨ ਨੂੰ ਮਿਲਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਥੈਂਕ ਯੂ ਗੋਮਲ ਬਾਈ ਸਰੀ ਤੋਂ ਯਾਰ ਮਿਹਰਬਾਨੀ ਕਰਨ ਕਦੋਂ ਅਹਿਸਾਸ ਹੋਇਆ ਸੀ ਕਿ ਲੱਗਦਾ ਹੈ ਕਿ ਹੁਣ ਕਾਮਯਾਬੀ ਵੱਲ ਕਦਮ ਵਧਾ ਦਿੱਤੇ ਨੇ ਪਹਿਲੀ ਵਾਰੀ ਕਦੋਂ ਲੋਕਾਂ ਨੇ ਪਛਾਣਨਾ ਸ਼ੁਰੂ ਕਰ ਦਿੱਤਾ ਜਦੋਂ ਪਛਾਣਨ ਦੀ ਗੱਲ ਜੇ ਕਰਾਂ ਤਾਂ ਜਿਵੇਂ ਥੋੜੇ ਬਹੁਤਿਆਂ ਨੇ ਪਹਿਲਾਂ ਲੱਗੇ ਸੀ ਪਰ ਜਿਹੜਾ ਪ੍ਰੋਪਰ ਸਾਡਾ ਗਾਣਾ ਸੀ ਦੁੱਖ ਤਾਂ ਸੁਣਾ ਨਹੀਂ ਸਾਰੇ ਤੋੜ ਦੇਣੇ ਆ ਉਸ ਤੋਂ ਬਾਅਦ ਜਦੋਂ ਜਿਹੜਾ ਤੁਸੀਂ ਕਹਿੰਦੇ ਹੋ ਵੀ ਪਲਟ ਗਿਆ ਸੀ ਨਾ ਬਾਜ਼ੀ ਸਾਰੀ ਡਿਫਰੈਂਟ ਹੋ ਗਿਆ ਸੀ ਸਾਰਾ ਕੁਝ ਸ਼ੋਜ਼ ਇਨਕੁਆਰੀਜ਼ ਆਉਣ ਲੱਗੀਆਂ YouTube ਤੇ ਵਿਊਜ਼ ਵਧਣ ਲੱਗੇ Instagram ਤੇ 50000 ਫਾਲੋਅਰ ਤੋਂ ਮਿਲੀਨ ਹੋ ਗਿਆ ਸੋ ਸਾਰੀਆਂ ਚੀਜ਼ਾਂ ਸਰਪ੍ਰਾਈਜ਼ਿੰਗ ਸੀਗੀਆਂ ਹਨਾ ਵੀ ਇਹ ਕੀ ਹੋਈ ਜਾਂਦਾ ਮੇਰੇ ਨਾਲ ਵੀ ਸੱਚੀ ਹੋ ਰਿਹਾ ਤਾਂ ਕੋਈ ਉਦਾਂ ਹੀ ਹੋ ਰਿਹਾ ਸੋ ਉਹ ਚੀਜ਼ ਸੀਗੀ ਮੇਰੇ ਹਿਸਾਬ ਨਾਲ ਵੀ 2017 ਚ ਵਿੱਚ ਵੀ 2016 ਐਂਡ ਜਾਂ 17 ਦੇ ਸ਼ੁਰੂ ਚ ਜੋ ਮੈਨੂੰ ਪਤਾ ਲੱਗਣ ਲੱਗਿਆ ਸੀ ਵੀ ਹੁਣ ਮੈਨੂੰ ਮੈਂ ਕਿਸੇ ਰਾਹ ਪੈ ਗਿਆ ਤੇ ਹੁਣ ਮੈਂ ਇੱਥੇ ਤੁਰਨਾ ਜਦੋਂ ਤੁਹਾਨੂੰ ਲੋਕ ਦੇਖਦੇ ਨੇ ਨਾ ਇੱਕ ਧਾਰਨਾ ਬਣਾ ਲੈਂਦੇ ਦਿਮਾਗ ਦੇ ਵਿੱਚ ਦੂਰੋਂ ਦੇਖਦੇ ਆ ਸੋ ਉਹ ਆਪਣੇ ਜ਼ਹਿਨ ਦੇ ਵਿੱਚ ਇਹ ਜੀ ਤਸਵੀਰ ਬਣਾ ਲੈਂਦੇ ਜੋ ਬਣਾਉਣਾ ਚਾਹੁੰਦੇ ਆ ਜਿਹੜੇ ਲੋਕ ਤੁਹਾਨੂੰ ਮੁਹੱਬਤ ਕਰਦੇ ਆ ਉਹ ਦਿਲੋਂ ਮੁਹੱਬਤ ਕਰਦੇ ਆ ਤੁਹਾਡੇ ਗੀਤਾਂ ਰਾਹੀਂ ਤੁਹਾਡੇ ਕੰਮ ਰਾਹੀਂ ਤੁਹਾਡੇ ਲਿਖਤਾ ਰਾਹੀਂ ਪਰ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਕੰਮ ਕੀਤਾ ਉਹਨਾਂ ਨੂੰ ਪਤਾ ਹੁੰਦਾ ਕਿ ਅਸਲੀ ਤੁਸੀਂ ਕਿਹੋ ਜਿਓ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਸਕੇ ਸਬੰਧੀ ਇੱਥੇ ਤੁਸੀਂ ਸਾਡੇ ਇੱਕ ਪਰਿਵਾਰ ਦੇ ਮੈਂਬਰ ਕਨੈਕਟ ਪਰਿਵਾਰ ਦੇ ਮੈਂਬਰ ਤੁਹਾਡੀਆਂ ਬਹੁਤ ਸਿਫਤਾਂ ਕਰਦੇ ਰਹੇ ਨੇ ਔਰ ਕਰਦੇ ਨੇ ਰੈਗੂਲਰਲੀ ਔਰ ਇਹਨਾਂ ਨੂੰ ਸਭ ਤੋਂ ਚੀਜ਼ ਹੈਰਾਨੀ ਵਾਲੀ ਇਹ ਲੱਗਦੀ ਹੁੰਦੀ ਹੈ ਗਗਨਦੀਪ ਸਿੰਘ ਦੀ ਮੈਂ ਗੱਲ ਕਰ ਰਹੀ ਹਾਂ ਗਗਨਦੀਪ ਨੇ ਐਕਚੁਅਲੀ ਕਰਨ ਦੇ ਬਹੁਤ ਸਾਰੇ ਗਾਣੇ ਰਿਕਾਰਡ ਕੀਤੇ ਨੇ ਔਰ ਗਗਨਦੀਪ ਦੇ ਨਾਲ ਜਦੋਂ ਤੁਹਾਡੀ ਪਹਿਲੀ ਵਾਰੀ ਮੁਲਾਕਾਤ ਹੋਈ ਮੈਨੂੰ ਕਹਿੰਦੇ ਕਹਿੰਦੇ ਪੰਜੀ ਮੈਨੂੰ ਇੰਨੀ ਹੈਰਾਨੀ ਹੋਈ ਵੀ ਉਹ ਇੰਨੀ ਛੇਤੀ ਛੇਤੀ ਫਟਾਫਟ ਗੀਤ ਲਿਖ ਦਿੰਦਾ ਮਿੰਟ ਦੇ ਅੰਦਰ ਅੰਦਰ ਸੋ ਗਗਨਦੀਪ ਉਸ ਵੇਲੇ ਸਾਡੇ ਨਾਲ ਨੇ ਇਹਨਾਂ ਵਾਸਤੇ ਵੀ ਸਰਪ੍ਰਾਈਜ਼ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੇ ਸਟੂਡੀਓ ਦੇ ਵਿੱਚ ਆਉਣਾ ਬਿਲਕੁਲ ਸੋ ਸਾਰੀਗਾ ਸਾਰੇ ਸੁਣਨ ਵਾਲੇ ਨੂੰ ਤੇ ਕਰਨ ਬਾਈ ਨੂੰ ਵੀ ਹੈਲੋ ਫਿਰ ਕਹਿ ਦਿੰਦੇ ਆਪਾਂ ਬਸ ਦੱਸਣਾ ਚਾਹੁੰਦਾ ਗਗਨ ਬਾਈ ਆਪਣੇ ਸਾਰੇ ਗਾਣੇ ਜਿੰਨੇ ਦਾ ਵੀ ਮਿਊਜ਼ਿਕ ਹੁੰਦਾ ਬਾਈ ਨੇ ਮੇਰੀਆਂ ਸਾਰੀਆਂ ਵੋਕਲਸ ਜਿਹੜੀਆਂ ਰਿਕਾਰਡ ਕੀਤੀਆਂ ਇੱਥੇ ਸਰੀ ਦੇ ਵਿੱਚ ਸਾਰੀ ਹੈਲਪ ਗਗਨ ਬਾਈ ਕਰਦਾ ਮੈਰੇ ਤੀਜੇ ਚੌਥੇ ਦਿਨ ਬਾਈ ਕੋ ਤੁਰੇ ਹੀ ਰਹਿਣਾ ਸੋ ਸਾਰੀਆਂ ਵੋਕਲਸ ਬਾਈ ਰਿਕਾਰਡ ਕਰਦਾ ਆਪਣੀਆਂ ਔਰ ਗਗਨ ਕਿਹੋ ਜਿਹਾ ਰਹਿੰਦਾ ਇਹੋ ਜਿਹੀ ਕਲਾਕਾਰ ਨਾਲ ਕੰਮ ਕਰਨਾ ਜਿੰਨੂੰ ਗੀਤਾਂ ਦੀ ਮਸ਼ੀਨ ਕਹਿੰਦੇ ਐਨੀ ਛੇਤੀ ਛੇਤੀ ਗਾਣੇ ਲਿਖ ਦਿੰਦੇ ਆ ਮੈਂ ਪਹਿਲੇ ਦਿਨ ਕਿਉਂਕਿ ਵਿਲੇਂਦਰ ਆਪਣਾ ਅਕਾਲੀ ਪਰਸੋ ਗੱਲ ਕਰਦੇ ਸੀ ਯਾਰ ਆਪਾਂ ਕਦੋਂ ਮਿਲੇ ਸੀ ਬਿਲਕੁਲ ਮੈਨੂੰ ਕਰਨ ਦਾ ਫੋਨ ਆਇਆ ਕਹਿੰਦਾ ਕਹਿੰਦਾ ਗਾਣਾ ਨਾ ਆਪਣਾ ਕਹਿੰਦਾ ਬਾਈ ਆ ਆਪਾਂ ਲਿਖਣਾ ਹੱਲੇ ਹਾਂ ਮਾਈਕ ਤੇ ਤੇ ਆ ਕੇ ਆਪਾਂ ਲਿਖ ਦਾਂਗੇ ਅੱਛਾ ਚਾਰ ਪੰਜ ਘੰਟੇ ਲਈ ਸਟੂਡੀਓ ਚਾਹੀਦਾ ਤੇ ਬਾਈ ਨੂੰ ਪਤਾ ਨਹੀਂ ਸੀ ਮੈਂ ਕੌਣ ਆ ਤੇ ਮੈਂ ਤਾਂ ਅਨਨ ਉਦੋਂ ਹੀ ਗੂਗਲ ਤੋਂ ਲੱਭ ਕੇ ਮੈਂ ਕੀਤਾ ਅੱਛਾ ਮੈਂ ਕਿਹਾ ਮੈਂ ਵੀ ਚਾਹੁੰਦਾ ਸੀ ਮੈਨੂੰ ਮੂਰਲਾ ਬੰਦਾ ਪਛਾਣਦਾ ਨਾ ਹੋਵੇ ਮੈਂ ਇੱਥੇ ਕਰਨ ਜਾਣਾ ਨਾ ਹਾਂ ਤੇ ਮੈਂ ਕਿਹਾ ਯਾਰ ਮੈਂ ਕਿਹਾ ਕਿੱਦਾਂ ਹੋਊਗਾ ਬਈ ਕਹਿੰਦੇ ਕੋਈ ਚੱਕਰ ਨਹੀਂ ਤੁਸੀਂ 4-5 ਘੰਟੇ ਲਈ ਸਟੂਡੀਓ ਕਰ ਲਓ ਬੁੱਕ ਬਿਲਕੁਲ ਤੇ ਉਹ ਐਕਚੁਅਲ ਜੀ ਇਦਾਂ ਹੋਇਆ ਸੋ ਮੈਂ ਮੈਂ ਕਿਹਾ ਚਲੋ ਬਈ ਆਜੋ ਆਪਾਂ ਤਾਂ ਆਪਣੇ ਕਹਿੰਦੇ ਨਹੀਂ ਵੀ ਆਪਾਂ ਤਾਂ ਡਾਕਟਰ ਕੋਲੇ ਸਾਰੇ ਹੀ ਆਉਣੇ ਨੇ ਸਹੀ ਗੱਲ ਦੇਖੋ ਪਰ ਉਹ ਐਕਸਪੀਰੀਅੰਸ ਹੈਗਾ ਬਾਈ ਨੂੰ ਸੱਚੀ ਹੋਈ ਗੀਤਾਂ ਦੀ ਮਸ਼ੀਨ ਆ ਉਹ ਗਾਣਾ ਬਹੁਤ ਘੈਂਟ ਗਿਆ ਫਿਰ ਉਹ ਹਾਂ ਬਿਲਕੁਲ ਆਇਆ ਸਾਰੇ ਗਾਣੇ ਘੈਂਟ ਗਿਆ ਜੀ ਦੈਟਸ ਵੰਡਰਫੁਲ ਆ ਜਿਹੜੀ ਰਿਲੇਸ਼ਨਸ਼ਿਪ ਹੈ ਆ ਜਿਹੜਾ ਇੱਕ ਦੂਜੇ ਤੇ ٹرسٹ ਹੈ ਕਿਉਂਕਿ ਗਾਣੇ ਇਕੱਲੇ ਤਾਂ ਤਿਆਰ ਨਹੀਂ ਹੁੰਦੇ ਤੁਹਾਡੀ ਪਿੱਛੇ ਇੱਕ ਟੀਮ ਦਾ ਹੱਥ ਹੁੰਦਾ ਥੈਂਕ ਯੂ ਗਗਨ ਤੁਹਾਨੂੰ ਅਸੀਂ ਆਪਣੇ ਸਟੂਡੀਓ ਦੇ ਵਿੱਚ ਕੱਢ ਕੇ ਇੱਥੇ ਲੈ ਕੇ ਆਏ ਫਟਾ ਫਟ ਇੱਕ ਹੋਰ ਜਿਹੜੀ ਬਹੁਤ ਵਧੀਆ ਗੱਲ ਕਰਨ ਦੇ ਬਾਰੇ ਮੈਨੂੰ ਲੱਗਦੀ ਆ ਕਿ ਕੋਈ ਵੀ ਚੀਜ਼ ਨੂੰ ਜਦੋਂ ਕਰਦੇ ਆ ਨਾ ਤਾਂ ਆਪਣਾ ਲੈਵਲ ਦੇ ਨਾਲ ਲੈ ਕੇ ਨਹੀਂ ਤੁਰਨਾ ਜਦੋਂ ਕੰਮ ਕਰ ਰਹੇ ਹੋ ਉਦੋਂ ਬਸ ਸਾਰੇ ਮਤਲਬ ਇੰਨਾ ਐਕਸੈਪਟਿੰਗ ਐਂਡ ਤੇ ਹੁੰਦਾ ਮਤਲਬ ਇੰਨਾ ਪਲਾਈਟ ਇੰਨਾ ਹੰਬਲ ਤੇ ਸਾਰੀ ਟੀਮ ਮਤਲਬ ਉੱਥੇ ਸੋਫਿਆਂ ਤੇ ਲਿٹے ਹੁੰਦੇ ਨੇ ਬਿਲਕੁਲ ਬਾਈ ਥੈਂਕ ਯੂ ਸੋ ਬਹੁਤ ਫਨ ਕਰੀਦਾ ਸੀ ਥੈਂਕ ਯੂ ਬਹੁਤ ਵਧੀਆ ਇਨਸਾਨ ਹੈ ਔਰ ਮੇਰੀ ਬਹੁਤ ਦੁਆ ਹੈ ਇੱਕ ਆਰਟਿਸਟ ਹੁੰਦੇ ਨਾ ਤੇ ਕਿ ਹੀਰੋ ਹਨ ਵੀਰੇ ਬਹੁਤ ਬਹੁਤ ਰਕੀਆਂ ਕਰੇ ਥੈਂਕ ਯੂ ਗਗਨ ਥੈਂਕ ਯੂ so much ਥੈਂਕ ਯੂ ਔਰ ਗਗਨ ਨੂੰ ਇਸ ਚੀਜ਼ ਦਾ ਬਿਲਕੁਲ ਅਹਿਸਾਸ ਨਹੀਂ ਸੀ ਕਿ ਅਸੀਂ ਉਹਨਾਂ ਨੂੰ ਸਟੂਡੀਓ ਦੇ ਵਿੱਚ ਬੁਲਾਉਣਾ ਸੋ ਇਹਨਾਂ ਵਾਸਤੇ ਵੀ ਸਰਪ੍ਰਾਈਜ਼ ਆ ਅੱਪਾ ਹੁਣ ਕਰਨ ਕਾਫੀ ਵਾਰੀ ਇਮੋਸ਼ਨਲ ਹੋਲੇ ਪਾ ਉਹ ਖੋਲੇ ਗੱਲਾਂ ਵੀ ਕਰ ਲੀਆਂ ਇੱਕ ਬੜੀ ਕਮਾਲ ਦੀ ਗੇਮ ਤਿਆਰ ਕੀਤੀ ਹੈ ਸਾਡੀ ਟੀਮ ਨੇ ਸੋ ਇਹ ਗੇਮ ਹੈ ਨਾ ਜਿਹੜੀ ਇਹ ਇਦਾਂ ਹੋਊਗੀ ਕਿ ਮੈਂ ਤੁਹਾਡੇ ਲਿਰਿਕਸ ਦੀ ਅੰਗਰੇਜ਼ੀ ਤੁਹਾਨੂੰ ਦੱਸਣੀ ਹੈ ਤੁਸੀਂ ਗੈਸ ਕਰਨਾ ਹੈ ਕਿ ਕਿਹੜਾ ਗਾਣਾ ਹੈ ਓਏ ਹੋਏ ਤੇ ਕੀ ਲਿਰਿਕਸ ਨੇ ਠੀਕ ਹੈ ਇਹਦੀ ਅੰਗਰੇਜ਼ੀ ਟ੍ਰਾਂਸਲੇਸ਼ਨ ਜਿਹੜੀ ਹੈ ਲੈਟਸ ਸੀ ਹੈ ਗੁੱਡ ਲੁਕਿੰਗ ਫੈਲੋ ਯੂ ਆਰ ਆਲਵੇਸ ਵਿਦ ਯੋਰ ਬੱਡੀਜ਼ ਹਿਅਰ ਆਈ ਏਮ ਨਿਟਿੰਗ ਐਂਡ ਸਲਕਿੰਗ ਬਾਈ ਮਾਈਸੈਲਫ ਕਿਹੜਾ ਗਾਣਾ ਹੋਇਆ ਵੀ ਓ ਮੈਨ ਥਿਸ ਇਜ਼ ਹਾਰਡ Hey, good-looking fellow! You're always with your buddies. Here I am knitting and sulking by myself. <laughs> oh man, this was hard. I'm sorry. Oh. <laughs> oh, sorry, Achha, man. Man. Oh man, that was good. <laughs> <laughs> is uh, Achha, is toh, it was 645 you were no less you had a smile on your face hands were held <laughs> <laughs> Okay next friends to the face and jealous behind the back this world is deceptive. You can grab the kite just from the rooftop. It was flying up way too high. <laughs> <laughs> is that the, one? Oh, man, that is the <laughs> one? That is the one. That is the one. I'm getting good at it. This is a good translation, I oh, must say. Oh, yes. <laughs> <laughs> I have few friends and more enemies. Don't want any more enemies. Few friends and more enemies. Don't want any more enemies. I have, uh, I have few friends and more enemies. Don't totally, want any more yeah. enemies. ਥੋੜੇ ਯਾਰ ਆ ਡੋਨਟ ਨੋ ਕਿਹੜਾ ਹੈ ਤੁਸੀਂ ਦੱਸੋ ਇਹ ਹੈਗਾ ਜੀ ਮੈਂ ਕਿਹਾ ਯਾਰ ਮੇਰੇ ਥੋੜੇ ਮੈਂ ਕਿਹਾ ਯਾਰ ਮੇਰੇ ਥੋੜੇ ਬਹੁਤ ਐਨੀਮੀ ਚਾਹੀਦੇ ਨੇ ਮੈਨੂੰ ਹੋਰ ਐਨੀਮੀ ਇੰਗਾ ਕੇ ਸੁਣਾ ਮੈਂ ਕਿਹਾ ਯਾਰ ਮੇਰੇ ਥੋੜੇ ਮੋਰ ਐਨੀਮੀ ਚਾਹੀਦੇ ਨੇ ਮੈਨੂੰ ਹੋਰ ਐਨੀਮੀ ਚੰਗੀ ਤਰ੍ਹਾਂ ਕਰਕੇ ਤਸल्ली ਕਰ ਭੇਜਾਂ ਸਾਲੇ ਤਿੰਨ ਦਿਨ ਰਹਿੰਦੇ ਸੋਹਰੇ ਐਨੀਮੀ ਹਾਂ ওকে ਗੋ ਆਸਕ ਵਾਟ ਮਾਈ ਨੇਮ ਇਜ਼ ਇਫ ਯੂਰ ਗੋਲ ਇਜ਼ ਟੂ ਗੈਟ ਮੀ Go ask what my name is. Go my name is if your goal is to get me, this is my failed attempt at rapping. <laughs> 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 oh, Clearly, I do a very good job. I pa me tu ja nu tera patani. <laughs> what? <laughs> I know this is one of the songs. Okay. Maybe. Okay. It midi, midi, <laughs> okay. Last one. Akri. Yeah. Pelli. No. Hey? ਤੁਸੀਂ ਪੰਜਾਬੀ ਵਿੱਚ ਬੋਲਤਾ ਪੰਜਾਬੀ ਵਿੱਚ ਹਾਈਲਾਈਟ ਕੀਤਾ ਮਨਤ ਸਿੰਘ ਜੀ OK <laughs> OK <laughs> OK ਪਹਿਲੀ ਵੰਗ ਸ਼ਿਮਲਾ ਕਮਾਉਣਾ ਅੱਛਾ ਮੈਨੂੰ ਆਈ ਹੈਵ ਟੂ ਟੈਲ ਯੂ ਹਾਊ ਦੇ ਟ੍ਰਾਂਸਲੇਟਡ ਇਟ ਰੈਡੀ ਪ੍ਰੋਪਰਟੀ ਆਫ ਪੰਜਾਬ ਇਹ ਤਾਂ ਗਾਣੇ ਦਾ ਨਾਮ ਯੂ ਹੈਵ ਟੂ ਅੰਡਰਟੇਕ ਐਨ ਐਕਸਕਰਸ਼ਨ ਟੂ ਸ਼ਿਮਲਾ शो अराउंड द एंटायर मॉल रोड यू कांट हैव जस्ट एनी रेगुलर व्हीकल यू नीड टू गेट एट लीस्ट ऑडी नो पहली मखशमला कमाਉਣਾ ਪੈਂਦਾ ਐਗਜੈਕਟਲੀ ਹਾਂ ਪਰ ਪਤਾ ਹੈ ਕਿ ਜਦੋਂ ਵੀ ਪੰਜਾਬੀ ਗਾਣੇ ਸੁਣ ਰਹੇ ਹੋ ਗੱਡੀ 'ਚ ਕੋਈ ਬੈਠਾ ਹੋਵੇ ਜਿਹਨੂੰ ਗਾਣੇ ਨਾ ਸਮਝ ਆਉਂਦੇ ਹੋਣ ਤੇ ਕਹਿ ਦਵੇ ਸਾਨੂੰ ਟ੍ਰਾਂਸਲੇਟ ਕਰਕੇ ਦੱਸ ਬਿਲਕੁਲ ਉਹ ਟ੍ਰਾਂਸਲੇਟ ਤਾਂ ਤੁਸੀਂ ਕਰ ਦਿੰਨੇ ਹੋ ਉਹ ਆਹ ਮਾਈ ਗੱਡਨੈਸ ਡਸ ਇਟ ਐਵਰ ਆਈ نو ਕਾਰਨ ਗੱਲਾਂ ਬਹੁਤ ਨੇ ਆ ਇੱਕ ਵਾਦਾ ਤੁਹਾਡੇ ਤੋਂ ਲੈਣਾ ਅੱਜ ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਸੁਣਨ ਵਾਲਿਆਂ ਦਾ ਢਿੱਡ ਵੀ ਨਹੀਂ ਭਰਿਆ ਮੇਰਾ ਵੀ ਨਹੀਂ ਭਰਿਆ ਸੋ ਤੁਹਾਡੇ ਨਾਲ ਹੋਰ ਗੱਲਾਂ ਕਰਨੀਆਂ ਨੇ ਕਮ ਬੈਕ ਟੂ ਕਨੈਕਟ ਐਫ ਐਮ ਟਾਕ ਵਿਦ ਅਸ ਮੋਰ ਵੀ ਵਿਲ ਲਵ ਟੂ ਹੈਵ ਯੂ ਬੈਕ ਬਿਲਕੁਲ 100% ਮੈਂ ਜ਼ਰੂਰ ਆਉਂਗਾ ਮੈਨੂੰ ਬਹੁਤ ਵਧੀਆ ਲੱਗਾ ਥੇ ਤੁਹਾਡੇ ਨਾਲ ਇੰਟਰਵਿਊ ਕਰਕੇ ਤੇ ਹੋਪਫੁਲੀ ਅੱਗੇ ਵੀ ਤੁਸੀਂ ਛੇਤੀ ਬੁਲਾਉਂਗੇ ਜਨਾਬ ਬੁਲਾ ਤਾਂ ਮੈਂ ਆਪਣੇ ਆਪ ਆ ਕੇ ਟੂਰ ਖੜਕਾ ਦੇਣਾ ਇੰਟਰਵਿਊ ਲਓ ਭਾਈ ਆਈ ਊਡ ਲਵ ਥੈਟ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਗੱਲ ਕਰਕੇ ਦੇਖਣਾ 91.5 ਐਫ ਐਮ ਜਿਹੜੇ ਸ ਸਾਰੇ ਦਰਦਿਲੋਂ ਧੰਨਵਾਦੀਆਂ ਮੈਂ ਤੇ ਜੀਣਾ ਜੀਣਾ ਦੇ ਵੀ ਮੈਸੇਜ ਆਏ ਤੁਸੀਂ ਸਾਰਾ ਕੁਝ ਆਰਗੇਨਾਈਜ਼ ਕੀਤਾ ਥੈਂਕ ਯੂ so much for everything